ਤੁਸੀਂ ਉਹ ਜੋ ਐਕਸਪੀਰੀਅੰਸ ਸ਼ੋ ਕੀਤਾ ਹੋਇਆ ਹੈ, ਐਕਸਪੀਰੀਅੰਸ ਜਿਹੜਾ ਰੈੱਡ ਸੀ ਲਈ, ਹਾਂਜੀ ਉਹ ਇੱਕ ਵਾਰ ਦੁਬਾਰਾ ਦੱਸੋਗੇ ਮੇਰੇ ਖਿਆਲ, ਕਿਉਂਕਿ ਕਲੈਰਿਟੀ ਨਹੀਂ ਆ ਉਹਨਾਂ ਨੂੰ ਐਕਸਪੀਰੀਅੰਸ ਦੀ, ਕਿੱਥੇ ਕਿੱਥੇ ਤੁਸੀਂ ਕੰਮ ਕਰ ਚੁੱਕੇ ਹੋ? ਐਕਸਪੀਰੀਅੰਸ ਸਰ, ਪਹਿਲਾਂ ਗੁਰੂ ਨਾਨਕ ਆਟੋਮੋਬਾਈਲ ਕੰਮ ਕੀਤਾ ਸੀ, ਆਪਣੀ ਵਰਕਸ਼ਾਪ ਸੀਗੀ ਲੁਧਿਆਣੇ ਦੇ ਵਿੱਚ ਹੀ, ਅੱਛਾ 2004 ਤੋਂ ਲੈ ਕੇ 2008 ਤੱਕ। ਤੇ ਫਿਰ 8 ਤੋਂ ਬਾਅਦ ਜੁਆਇਨ ਕੀਤੀ ਕੰਪਨੀ ਸ਼ੈਵਰਲੈਟ। 8 ਤੋਂ ਲੈ ਕੇ 12 ਤੱਕ ਅਸੀਂ ਉੱਥੇ ਰਹੇ ਕੰਪਨੀ ਦੇ ਵਿੱਚ, ਠੀਕ ਹੈ ਜੀ। ਫਿਰ 12 ਤੋਂ ਬਾਅਦ 12 ਤੋਂ ਫਿਰ ਮੈਂ ਸਿੰਗਾਪੁਰ ਚਲੇ ਗਿਆ ਸੀ। ਸਿੰਗਾਪੁਰ ਵੀ ਸ਼ੈਵਰਲੈਟ ਸੀਗੇ, ਤੇ ਉਸ ਤੋਂ ਬਾਅਦ ਫਿਰ ਲੀਬੀਆ ਗਿਆ। ਲੀਬੀਆ 'ਚ ਵੋਕਸਵੈਗਨ ਐਂਡ ਆਡੀ ਡੀਲਰਸ਼ਿਪ ਸੀਗੀ, ਉੱਥੇ ਜੋਬ ਕੀਤੀ ਜੀ। ਉਸ ਤੋਂ ਬਾਅਦ ਫਿਰ ਦੁਬਾਰਾ ਵਾਪਸ ਆਇਆ 2014 ਦੇ ਵਿੱਚ, ਫਿਰ ਜੁਆਇਨ ਕੀਤੀ ਸ਼ੈਵਰਲੈਟ ਪਦਮ ਮੋਟਰ ਲੁਧਿਆਣੇ। ਫਿਰ ਉਸ ਤੋਂ ਬਾਅਦ ਹੁਣ ਮੈਂ ਕਰੰਟਲੀ ਅਸ਼ੋਕ ਲੇਲੈਂਡ 'ਚ ਹਾਂ ਜੀ, ਲਾਸਟ 3 ਈਅਰਸ ਤੋਂ। ਕਿੰਨੇ ਸਾਲ ਹੋ ਗਏ ਟੋਟਲ ਕੰਮ ਕਰਦੇ ਹੋਏ? ਟੋਟਲ ਸਰ 16 ਈਅਰਸ ਹੋ ਗਏ, 16 ਸਾਲ ਹੋ ਗਏ। ਆਟੋਮੋਟਿਵ ਮਕੈਨਿਕ ਦਾ ਕੰਮ ਕਰਦੇ ਹੋਏ? ਹਾਂਜੀ ਹਾਂਜੀ ਹਾਂਜੀ। ਇਹ ਤੁਸੀਂ ਕਿੱਥੋਂ ਸਿੱਖਿਆ ਸਾਰਾ ਐਜੂਕੇਸ਼ਨ? ਤੁਸੀਂ ਕੋਈ ਡਿਪਲੋਮਾ ਕੀਤਾ ਸੀ ਜਾਂ ਉਦਾਂ ਹੀ ਆਪਣਾ ਹੌਲੀ ਹੌਲੀ ਆਪਣਾ ਔਨ ਦਾ ਜੋਬ ਸਿੱਖ ਗਏ? ਔਨ ਦਾ ਜੋਬ ਵੀ ਸਿੱਖਿਆ ਸਰ, ਜੋਬ ਦਾ ਸਿੱਖ ਸਿੱਖਦੇ ਸਿੱਖਦੇ ਫਿਰ ਇੱਕ ਟ੍ਰੇਡ ਸਰਟੀਫਿਕੇਸ਼ਨ ਹੁੰਦੀ ਹੈ ਜਿਹੜੀ ਗਵਰਨਮੈਂਟ ਦੀ, ਉਹ ਨਾਲ ਦੀ ਨਾਲ ਕਰੀ ਗਏ ਜੀ ਫਿਰ। ਓਕੇ, ਤੋ SINP ਪ੍ਰੋਫਾਈਲ ਕਦੋਂ ਲਗਾਈ ਹੈ ਤੁਸੀਂ? ਇਹ ਸਰ ਲਗਾਈ ਸੀ 2018 ਦੇ ਵਿੱਚ ਜੀ, 18 'ਚ ਲਗਾਈ ਸੀਗੀ, ਬਟ ਉਹ 19 'ਚ ਐਕਸਪਾਇਰ ਹੋ ਗਈ ਸੀਗੀ। ਫਿਰ 19 'ਚ ਦੁਬਾਰਾ ਫਿਰ ਉਹਨਾਂ ਨੂੰ ਮੇਲ ਕਰਕੇ ਦੁਬਾਰਾ ਰੀਨਿਊ ਕਰਾ ਲਈ ਸੀਗੀ। ਮਤਲਬ ਜੁਲਾਈ ਤੱਕ ਮੇਰੇ ਖਿਆਲ ਨਾਲ ਹੈਗੀ ਹੈ ਜੀ, ਜੁਲਾਈ ਤੱਕ ਪਈ ਹੈ, ਜੁਲਾਈ 2020 ਤੱਕ। ਜਿਹੜਾ ਇੱਕ ਲਾਸਟ ਇੱਕ ਈਮੇਲ ਆਇਆ ਸੀ ਨਾ ਕਿ ਉਹ ਐਕਸਪਾਇਰ ਨਹੀਂ ਹਾਂਜੀ ਹੋਇਆ, ਹਾਂਜੀ ਯੂ ਹੈਵ ਟੂ ਰੀਨਿਊ, ਮਤਲਬ ਇਟ ਹੈਜ਼ ਬੀਨ ਡਨ। ਹਾਂਜੀ, ਐਕਚੁਅਲੀ ਉਹ ਮੈਂ ਉਹਨੂੰ ਰੀਨਿਊ ਕੀਤਾ ਸੀਗਾ, ਬਟ ਜਿਹੜੀ ਉਹਦੀ ਐਕਸਪਾਇਰੀ ਡੇਟ ਸੀ ਉਹ ਫਿਰ ਵੀ ਪਿਛਲੀ ਦਿਖਾ ਰਿਹਾ ਸੀ ਉਹ 19 ਦੀ। ਆਈ ਨੋ ਇਟਸ ਜਸਟ ਹੋਰਿਬਲ। ਸੋ ਉਹਦੇ ਵਿੱਚ ਤੁਸੀਂ ਮੇਰੇ ਖਿਆਲ 20 ਪੁਆਇੰਟਸ ਕਲੇਮ ਕੀਤੇ ਨਾ, ਰੈੱਡ ਸੀਲ। ਰੈੱਡ ਸੀਲ ਦਾ ਪਰਪਸ ਇਹੀ ਹੈ ਕਿ 20 ਪੁਆਇੰਟਸ ਤੁਹਾਨੂੰ ਹਾਂਜੀ ਹਾਂਜੀ ਮਿਲ ਕੇ, ਹਾਂਜੀ ਹਾਂਜੀ ਅਦਰਵਾਈਜ਼ ਉਹ ਫਿਰ ਤੁਹਾਡੇ ਜਿਹੜੇ 61 ਪੁਆਇੰਟਸ ਹੈ ਉੱਥੇ ਕ੍ਰੋਸ ਨਹੀਂ ਕਰਨਾ ਸ਼ਾਇਦ। ਕਰੈਕਟ ਕਰੈਕਟ, ਨਹੀਂ ਤਾਂ ਮੇਰੇ 41 ਹੀ ਮੰਨ ਰਹੇ ਨੇ ਸਰ, ਮੈਂ ਐਲੀਜੀਬਲ ਨਹੀਂ ਹਾਂ ਜੀ ਉਹਦੇ ਲਈ। ਉੱਥੋਂ ਮਤਲਬ ਤੇ ਤੁਹਾਨੂੰ ਤੁਹਾਨੂੰ ਕਿਹਨਾਂ ਨੇ ਦੱਸਿਆ ਇਹ SINP ਦੇ ਬਾਰੇ? ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ SINP ਦੇ ਬਾਰੇ? ਇਹ ਸਰ ਇੱਥੇ ਸੀਗੇ ਮੇਰੇ ਕੁਲੀਗ ਨੇ ਇੱਥੇ ਨਾ ਲੁਧਿਆਣੇ, ਤੇ ਉਹਨਾਂ ਨੇ ਇੱਕ ਵਾਰੀ ਪ੍ਰੋਫਾਈਲ ਲਗਾਈ ਸੀਗੀ, ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਕਿ ਇਸ ਤਰ੍ਹਾਂ ਕਰ, ਮੈਂ ਇਸ ਤਰ੍ਹਾਂ ਕਰ ਲਾ। ਮੈਂ ਫਿਰ 2018 ਵਿੱਚ ਸ਼ੁਰੂ ਕੀਤਾ ਸੀ ਪ੍ਰੋਸੈਸ, 2017 ਦੇ ਵਿੱਚ ਸੋਰੀ। ਉਹ ਫਿਰ ਉਹਨਾਂ ਨੂੰ ਮੇਲ ਕੀਤੀ, ਆਪਣੇ ਐਕਸਪੀਰੀਅੰਸ ਸਰਟੀਫਿਕੇਟ ਭੇਜੇ ਸਾਰੇ, ਹੈ ਨਾ। ਉਹ ਫਿਰ ਸਾਰਾ ਪ੍ਰੋਸੈਸ ਚੱਲਿਆ ਸੀ ਜੀ, ਪੁੱਛ ਪੁੱਛ ਕੇ ਇੱਧਰ ਉੱਧਰੋਂ ਕਿਸੇ ਪਾਸਿਓਂ। ਠੀਕ ਹੈ। ਤੇ ਕਿਉਂਕਿ ਇੱਕ ਉਹਨਾਂ ਨੇ ਚਿੱਠੀ ਮੰਗੀ ਹੈ ਮੈਨੂੰ ਤੋਂ ਕਿ ਬਈ ਪਲੀਜ਼ ਐਕਸਪੀਰੀਅੰਸ ਆਪਣਾ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਕੁਆਲੀਫਾਈ ਕਰਦਾ ਵੀ, ਕਿਉਂਕਿ ਰੈੱਡ ਸੀਲ ਐਗਜ਼ਾਮਿਨੇਸ਼ਨ ਲਈ ਮੇਰੇ ਖਿਆਲ ਹੈ ਉਹਨਾਂ ਨੂੰ 6 ਈਅਰਸ ਦਾ ਚਾਹੀਦਾ। 6 ਈਅਰਸ ਦਾ 5 ਈਅਰਸ ਹੈ, 5 ਈਅਰਸ ਨਹੀਂ ਹੈ ਜੀ, 5 ਈਅਰ 6 ਈਅਰ ਦਾ। ਹਾਂਜੀ, 5 to 6 ਈਅਰਸ ਦਾ ਚਾਹੀਦਾ ਉਹਨਾਂ ਨੂੰ ਕੁਆਲੀਫਾਈਂਗ ਐਕਸਪੀਰੀਅੰਸ ਟੂ ਮੂਵ ਫਾਰਵਰਡ। ਲੇਕਿਨ ਉਹਨਾਂ ਨੂੰ ਮੈਂ ਦੱਸਿਆ ਹੋਇਆ ਕਿ ਵੀ ਤੁਸੀਂ ਤਾਂ ਆਲਰੇਡੀ ਕੁਆਲੀਫਾਈ ਕਰ ਚੁੱਕੇ ਹੋ, ਬਿਕੋਜ਼ ਦੇ ਹੈਵ ਆਲਰੇਡੀ ਚੈੱਕ ਦਾ ਐਕਸਪੀਰੀਅੰਸ, ਤਾਂ ਹੀ ਤਾਂ ਉਹਨਾਂ ਨੂੰ ਤੁਹਾਨੂੰ ਇਨਵਾਈਟ ਕੀਤਾ ਹੈ ਟੈਸਟ ਲਈ। ਤੇ ਇਹ ਆਖਰੀ ਟੈਸਟ ਹੈ, ਆਖਰੀ ਡੇਟ ਹੈ ਮੇਰੇ ਖਿਆਲ, ਇਸ ਤੋਂ ਅਗਾਂਹ ਉਹਨਾਂ ਨੇ ਫਿਰ ਸਕੇਜੂਲ ਨਹੀਂ ਕਰਨਾ ਦੁਬਾਰਾ, ਕਰੈਕਟ? ਹਾਂਜੀ, ਇਹ ਤੋਂ ਕਿਉਂਕਿ ਪਹਿਲਾਂ ਹੀ ਸਰ ਮੈਂ 3 ਵਾਰ ਸ਼ਡਿਊਲ ਰੀਸ਼ਡਿਊਲ ਕਰ ਚੁੱਕਿਆ ਹਾਂ ਜੀ। 3 ਵਾਰ ਕਰ ਚੁੱਕੇ? ਤੇ ਵੀਜ਼ਾ ਕਿੰਨੀ ਵਾਰ ਅਪਲਾਈ ਕਰ ਚੁੱਕੇ ਹੋ? ਵੀਜ਼ਾ ਸਰ ਮੈਂ ਜੀ 6 ਵਾਰ ਰਿਫਿਊਜ਼ ਹੋ ਗਿਆ ਜੀ। 6 ਵਾਰ ਰਿਫਿਊਜ਼ ਹੋ ਗਿਆ? ਹਾਂਜੀ ਹਾਂਜੀ। ਵਾਓ, ਦੈਟ ਇਜ਼ ਮਾਈ ਗੋਡ। ਇਹ ਬਿਲਕੁਲ ਸੌਰੀ ਹੈ ਸਰ ਇਹ। ਹਾਂਜੀ, ਡਬਲ ਐਡ੍ਰਿਕ ਹੈ ਜੀ, ਡਬਲ ਐਡ੍ਰਿਕ ਹਰਮਨ, ਸਾਨੂੰ ਪਤਾ ਹੀ ਹੈ। 6 ਵਾਰ ਰਿਫਿਊਜ਼ ਹੋ ਗਏ? ਤੁਸੀਂ ਤੁਸੀਂ ਉਹਨਾਂ ਉਹਨਾਂ ਦੀ ਵੀਡੀਓ ਦੇਖੀ ਸੀ ਨਾ? ਮੇਰੇ ਖਿਆਲ ਇੱਕ ਗੁਰਵਿੰਦਰ ਸਿੰਘ ਸੀ ਸਿੰਗਾਪੁਰ ਵਾਲੇ, ਜਿਨ੍ਹਾਂ ਦਾ ਵੀਜ਼ਾ ਲੱਗਿਆ ਸੀ। ਉਹਨਾਂ ਦੇ ਥਰੂ ਹੀ ਤੁਹਾਡਾ ਮੈਨੂੰ ਕੰਟੈਕਟ ਮਿਲਿਆ ਸੀਗਾ, ਉਹਨਾਂ ਦੇ ਥਰੂ ਹੀ ਮੈਂ ਉਹਨਾਂ ਦੀ ਵੀਡੀਓ ਦੇਖੀ ਸੀ, ਤਾਂ ਹੀ ਮੈਂ ਤੁਹਾਡੇ ਨਾਲ ਅਟੈਚ ਹੋਇਆ ਜੀ। ਕਿਉਂਕਿ ਉਹ ਮੈਂ ਯੂਟਿਊਬ ਤੇ ਸਰਚ ਕਰਦਾ ਰਹਿੰਦਾ ਸੀਗਾ ਰੈੱਡ ਸੀਲ ਐਗਜ਼ਾਮ ਵੀਜ਼ਾ, ਗੂਗਲ ਤੇ ਰੈੱਡ ਸੀਲ ਐਗਜ਼ਾਮ ਵੀਜ਼ਾ, ਬਹੁਤ ਜਣੇ ਦੀ ਵੀਡੀਓ ਦੇਖੀਆਂ ਨੇ, ਬਟ ਲੱਗਿਆ ਨਹੀਂ ਕਿਸੇ ਦੇ ਵਿੱਚ ਦਮ। ਕੋਈ ਕਹਿੰਦਾ ਜੀ 1 ਲੱਖ ਰੁਪਏ ਜਮ੍ਹਾਂ ਕਰਾ ਦਿਓ, ਦੇਖ ਲਾਂਗੇ, ਕੋਈ ਕਹਿੰਦਾ 2 ਲੱਖ ਜਮ੍ਹਾਂ ਕਰਾ ਦਿਓ, ਮਤਲਬ ਕਿਤੇ ਪਾਸੇ ਹੋਇਆ ਨਹੀਂ ਸੀ ਕੰਮ ਜੀ। 1 ਲੱਖ ਰੁਪਏ ਜਮ੍ਹਾਂ ਕਰਾ ਦਿਓ, ਦੇਖ ਲਾਂਗੇ, ਫਿਰ 2 ਲੱਖ ਕਰਾ ਦਿਓ, ਦੇਖ ਲਾਂਗੇ। ਐਕਚੁਅਲੀ ਉਹਨਾਂ ਨੂੰ ਪਤਾ ਨਹੀਂ ਸਰ ਰੈੱਡ ਸੀਲ ਐਗਜ਼ਾਮ ਹੈ ਕੀ ਜੀ, ਮੈਂ ਉਰੇ ਲੁਧਿਆਣੇ ਕਾਫੀ ਵਾਰ ਦਿਖਾਇਆ ਉਹਨਾਂ ਨੂੰ, ਉਹ ਕਹਿੰਦੇ ਜੀ ਨਹੀਂ ਤੁਹਾਨੂੰ ਨਹੀਂ ਵੀਜ਼ਾ, ਤੁਹਾਨੂੰ ਤਾਂ ਮਿਲਣਾ ਨਹੀਂ ਜੀ ਵੀਜ਼ਾ, ਰੈੱਡ ਸੀਲ ਦੇ ਲਈ ਤਾਂ ਬੜੀ ਕੁਆਲੀਫਿਕੇਸ਼ਨ ਚਾਹੀਦੀ ਹੁੰਦੀ ਹੈ, ਡਿਗਰੀ ਡਿਪਲੋਮਾ ਚਾਹੀਦਾ ਹੁੰਦਾ। ਮੈਂ ਕਿਹਾ ਯਾਰ ਐਕਚੁਅਲ 'ਚ ਰਿਕੁਆਇਰਮੈਂਟ ਤਾਂ ਉਹਨਾਂ ਦੀ ਗੂਗਲ ਤੇ ਸਾਈਟ ਦੇ ਕੁਛ ਹੋਰ ਹੈ। ਉਹ ਕਹਿੰਦੇ ਜੀ ਨਹੀਂ 15,000 ਰੁਪਏ ਦੇ ਦਿਓ। ਮੈਂ ਈਵਨ ਦਿੱਲੀ ਦੇ ਵਿੱਚ ਬੜੀ ਵਧੀਆ ਤੁਹਾਡੇ ਨਾਲ ਵੀ ਗੱਲ ਹੋਈ ਸੀਗੀ, ਬੜੀ ਅੱਛੀ ਕੰਸਲਟੈਂਸੀ ਹੈ ਦਿੱਲੀ ਦੇ ਵਿੱਚ, ਮੈਂ ਨਾਮ ਨਹੀਂ ਲੈਣਾ ਚਾਹੂੰਗਾ। ਤੇ ਨਾਮ ਨਾ ਲਓ ਕਿਸੇ ਦਾ। ਹਾਂਜੀ ਹਾਂਜੀ, ਉਹ ਕਹਿੰਦੇ ਜੀ ਤੁਹਾਡਾ ਤਾਂ ਵੱਟ ਤੇ ਪਿਆ ਜੀ, ਕਰਵਾ ਦੇਵਾਂਗੇ ਜੀ। ਮੈਂ ਕਿਹਾ ਬੜਾ ਖੁਸ਼ ਹੋਇਆ ਜੀ, ਮੈਂ ਕਿਹਾ ਠੀਕ ਹੈ ਜੀ ਫਿਰ ਕਰਵਾ ਦਿਓ, ਫਿਰ ਹੋਰ ਕੀ ਚਾਹੀਦਾ ਹੈ ਨਾ ਜੀ। ਫਿਰ ਬਟ ਹੋਇਆ ਨਹੀਂ ਜੀ, ਬੜਾ ਕੰਮ ਖਰਾਬ ਹੋ ਰਿਹਾ ਜੀ ਹੁਣ, ਜੇ ਕਿਉਂਕਿ
ਇੰਨੀ ਵਾਰ ਟਰਾਈ ਕਰ ਲਈ, ਹੁਣ ਤਾਂ ਮੈਂ ਥੱਕ ਚੁੱਕਿਆ ਜੀ, ਹੁਣ ਨਹੀਂ ਟਰਾਈ ਕਰ ਸਕਦਾ ਜੀ। ਡਾਇਰੈਕਟਲੀ ਤੁਹਾਡੇ ਪੁਆਇੰਟਸ ਲੈ ਕੇ, ਅਗਰ ਜੇ ਨਹੀਂ ਹੋਣਾ ਤਾਂ ਨਹੀਂ ਹੋਣਾ ਤੇ ਰਹਿਣ ਦੇ ਹੀ ਆਪਾਂ, ਉਸ ਨੇ ਕੀ ਕਰਨਾ। ਬਟ ਸਰ ਉਹ ਐਲੀਜੀਬਿਲਿਟੀ ਨਹੀਂ ਬਣਨੀ ਜੀ ਫਿਰ ਜਦੋਂ ਤੱਕ ਰੈਡ ਸੀਲ ਐਗਜ਼ਾਮ ਨਹੀਂ ਦੇ ਪਾਵਾਂਗੇ। ਅੱਛਾ, ਉਹਨਾਂ ਨੂੰ ਤਾਂ ਰੈਡ ਸੀਲ ਐਗਜ਼ਾਮ ਚਾਹੀਦਾ ਨਾ। ਮੈਂ ਉਹਨਾਂ ਨੂੰ ਮੇਲ ਕੀਤੀ ਸੀ ਕਿ ਮੇਰੇ ਕੋਲ ਅਪਰੂਵਲ ਲੈਟਰ ਹੈਗੀ ਹੈ, ਉਹ ਕਹਿੰਦੇ ਸਾਨੂੰ ਅਪਰੂਵਲ ਲੈਟਰ ਨਾਲ ਕੋਈ ਲੈਣਾ ਦੇਣਾ ਨਹੀਂ, ਸਾਨੂੰ ਸਰਟੀਫਿਕੇਟ ਚਾਹੀਦਾ ਤੁਹਾਡਾ। ਸਹੀ ਹੈ। ਚਲੋ, 6 ਵਾਰ ਰਿਫਿਊਜ਼ ਹੋ ਗਿਆ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ, ਵੀਜ਼ਾ ਅਫਸਰ ਨੂੰ ਮੈਂ ਲਿਖਿਆ ਹੋਇਆ ਕਿ ਬਈ ਕੁਆਲੀਫਾਈਂਗ ਤੇ ਤਾਂ ਬੰਦਾ ਹੈ, ਦੇਖ ਲਓ ਬਾਕੀ। ਚਲੋ, ਉਹਨਾਂ ਨੇ ਮੈਸੇਜ ਤੁਹਾਨੂੰ ਦਿੱਤਾ ਹੈ, ਦੇਖੋ ਜਿਹੜਾ ਮੈਸੇਜ ਆਇਆ, ਉਹਨਾਂ ਨੇ ਮੈਸੇਜ ਇੱਕ ਆਇਆ ਉੱਥੋਂ ਐਮਬੈਸੀ ਤੋਂ, ਚੈੱਕ ਕਰੋ ਜਾਂ ਆਪਣੇ ਆਪਣੇ ਜਿਹੜੇ ਵਟਸਐਪ ਤੇ ਚੈੱਕ ਕਰੋ। ਹਾਂਜੀ ਸਰ, ਇੱਕ ਮਿੰਟ। ਕੋਈ ਮੈਸੇਜ ਆਇਆ ਐਮਬੈਸੀ ਤੋਂ? ਇਹਦੇ ਵਿੱਚ ਲਿਖਿਆ ਜੀ ਆਨਲਾਈਨ ਪਾਸਪੋਰਟ ਰਿਕੁਐਸਟ ਲਿਖੀ ਹੋਈ ਹੈ ਇਹਦੇ ਵਿੱਚ, 5 ਤਰੀਕ ਦਾ। ਸਰ ਜੀ, ਆਨਲਾਈਨ ਪਾਸਪੋਰਟ ਰਿਕੁਐਸਟ ਤੇ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦਾ ਵੀਜ਼ਾ ਲੱਗ ਜਾਂਦਾ ਹੈ। ਸਹੀ ਗੱਲ ਹੈ, ਮਜ਼ਾਕ ਤਾਂ ਨਹੀਂ ਕਰ ਰਹੇ ਸਰ? ਸਰ ਜੀ, ਤੁਹਾਡੇ ਸਾਹਮਣੇ ਹੈ, ਚਿੱਠੀ ਹੈ, ਐਮਬੈਸੀ ਤੋਂ ਆਈ ਹੈ, ਮੈਂ ਤੇ ਚਿੱਠੀ ਘਰੋਂ ਬਣਾਈ ਨਹੀਂ। ਸੌਂਹ ਖਾਓ ਸਰ। ਸਰ ਜੀ, ਤੁਹਾਡੀ ਸੌਂਹ ਹੈ, ਗੁਰੂ ਨਾਨਕ ਦੀ ਸੌਂਹ ਕਿਹਦੀ, ਦੱਸੋ ਕਿਹਦੀ ਕਿਹਦੀ ਸੌਂਹ ਖਾਈ ਹੈ? ਇਹ ਐਮਬੈਸੀ ਤੋਂ ਆਈ ਹੈ ਚਿੱਠੀ, ਤੇ ਦੋ ਦਿਨ ਪਹਿਲਾਂ ਤਾਂ ਆਪਣੀ ਗੱਲ ਹੋਈ ਹੈ ਤੁਹਾਡੇ ਨਾਲ। ਸਰ ਜੀ, ਬਸ ਇਹੀ ਹੈ, ਪਰਮਾਤਮਾ ਦੇ ਰੰਗ ਨਿਆਰੇ ਆ ਜੀ। ਸਰ ਜੀ, ਇਹ ਨਹੀਂ ਪਤਾ ਲੱਗਦਾ ਕਿ 2 ਦਿਨ ਪਹਿਲਾਂ ਕੀ ਹੋਇਆ, ਅੱਜ ਕੀ ਹੋਣਾ, ਤੇ ਤੁਹਾਡੇ ਸਾਹਮਣੇ ਹੀ ਲਿਖਿਆ ਹੋਇਆ ਕਿ ਓਰੀਜਨਲ ਪਾਸਪੋਰਟ ਰਿਕੁਐਸਟ ਹੈ ਕਿ ਤੁਸੀਂ ਆਪਣਾ ਪਾਸਪੋਰਟ ਜਮ੍ਹਾਂ ਕਰ ਦਿਓ, ਤੁਹਾਡਾ ਵੀਜ਼ਾ ਦੇਣ। ਤੁਸੀਂ 6 ਵਾਰ ਰਿਫਿਊਜ਼ ਹੋ ਚੁੱਕੇ, ਹੁਣ ਤੁਹਾਨੂੰ ਹੋਰ ਉਡੀਕ ਕਰਨ ਦੀ ਲੋੜ ਨਹੀਂ ਹੈ, ਤੁਸੀਂ ਹੁਣ ਕੈਨੇਡਾ ਚੱਲੇ ਹੋ ਅਗਲੇ ਮਹੀਨੇ। ਸਹੀ ਗੱਲ ਹਰਮਨ ਜੀ। ਹਾਂਜੀ ਹਾਂਜੀ, ਕਮਲ ਜੀ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਯੈਸ ਯੈਸ ਯੈਸ, ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਵੈਰੀ ਮਚ ਸਰ। ਚਲੋ, ਦੇਰ ਆਏ ਦਰੁਸਤ ਆਏ, ਹੈ ਨਾ, ਤੁਹਾਡੀ ਪੇਸ਼ੈਂਸ ਦੀ ਰੰਗ ਲਿਆਈ। ਨਹੀਂ ਸਰ, ਮਿਹਨਤ ਦਾ ਅਮਰੋ ਸਰ ਦੀ ਰੰਗ ਲਿਆਈ ਹੈ, ਕਿਉਂਕਿ ਕੀ ਦੱਸੀ ਤੁਹਾਨੂੰ ਹੁਣ, ਸਰ ਤਾਂ ਇਮੋਸ਼ਨਲ ਹੋ ਗਏ। 6 ਵਾਰ ਰਿਫਿਊਜ਼ਲ, ਆਈ ਵਾਸ ਥਿੰਕਿੰਗ ਮੇਬੀ 4 ਵਾਰ ਹੋਇਆ ਸਰ, ਬਟ ਆਈ ਡੋਨਟ ਰਿਮੈਂਬਰ। 6 ਵਾਰ ਸਰ, ਮੈਨੂੰ ਗਿਣਤੀ ਭੁੱਲ ਗਈ ਜੀ, ਗਿਣਤੀ ਭੁੱਲ ਗਿਆ। ਹਰ ਵਾਰ ਲੱਗਦਾ ਸੀ ਮਹੀਨੇ ਬਾਅਦ ਮੈਂ ਲਾ ਆਉਂਦਾ ਸੀਗਾ। ਲੋੜ ਨਹੀਂ ਹੈ ਕਮਲ ਨੂੰ ਸਰ, ਕਮਾਲ ਦੀ ਗੱਲ ਕਰਤੀ ਜੀ, ਮੈਨੂੰ 13 ਸਾਲ ਹੋ ਗਏ ਇਹਦੇ ਪਿੱਛੇ ਫਿਰਦਿਆਂ ਨੂੰ। ਦੇਖੋ ਦੇਖੋ, ਮੈਂ ਇਹ ਸਾਰੀ ਮਿਹਨਤ ਹੈ ਹਰਮਿੰਦਰ ਸਿੰਘ ਦੀ, ਜਿਨ੍ਹਾਂ ਨੇ ਫਾਈਲ ਤੁਹਾਡੀ ਤਿਆਰ ਕਰਕੇ ਮੈਨੂੰ ਦਿੱਤੀ। ਮੇਰਾ ਕੰਮ ਹੈ ਸਿਰਫ ਸਬਮਿਟ ਕਰਨਾ, ਮੇਰਾ ਹੋਰ ਕੋਈ ਕੰਮ ਨਹੀਂ ਹੈ। ਨਹੀਂ ਸਰ, ਐਕਚੁਅਲੀ ਸਬਮਿਟ ਤਾਂ ਸਾਰੇ ਕਰਦੇ ਨੇ ਜੀ, ਸਬਮਿਟ ਤਾਂ 6 ਵਾਰੀ ਪਿਛਲੀ ਵਾਰੀ ਕੀਤਾ ਸੀ, ਮੈਂ ਉਹੀ ਤਾਂ ਤੁਹਾਨੂੰ ਕਹਿ ਰਿਹਾ ਜੀ, ਇਹਦੇ ਚ ਮਿਹਨਤ ਹੈ ਜਿਹੜੀ ਸਰ ਦੀ, ਮੈਂ ਟੋਟਲੀ ਜਿਹੜਾ ਕ੍ਰੈਡਿਟ ਹੈ ਸਰ ਦੇ ਕੋਲ ਜਾਊਗਾ ਇਸ ਚੀਜ਼ ਦਾ, ਠੀਕ ਹੈ ਨਾ। ਹਰਮਨ ਸਰ ਨੇ ਬਹੁਤ ਮਿਹਨਤ ਕੀਤੀ, ਕਿਉਂਕਿ ਇਹਨਾਂ ਨੇ ਜਿੰਨੇ ਵੀ ਡਾਕੂਮੈਂਟ ਸਾਰੇ ਮੈਨੂੰ ਇੱਕ ਇੱਕ ਵਾਰੀ ਕਰਕੇ ਮੈਥੋਂ ਵੈਰੀਫਾਈ ਕਰਵਾਏ ਕਿ ਯਾਰ ਆ ਵੀ ਭੇਜੋ, ਆ ਵੀ ਭੇਜੋ। ਆਲਸੋ ਥੈਂਕਫੁਲ ਟੂ ਹਰਮਨ ਸਰ ਆਲਸੋ। ਯੂ ਆਰ ਵੈਲਕਮ, ਤੁਸੀਂ ਖੁਸ਼ ਹੋ ਜਾਓ, ਹੁਣ ਬਸ ਟਿਕਟ ਬੁੱਕ ਕਰਾਓ ਤੇ ਚਲੀਏ ਆਪਾਂ। ਸਰ ਇਹ ਤਿੰਨ ਮਤਲਬ ਆਪਣੀ 4 ਤਰੀਕ ਨੂੰ ਗੱਲ ਹੋਈ ਹੈ ਜੀ ਹਜੇ, ਹੈ ਨਾ ਆਪਣੀ, ਕਿਉਂਕਿ 3-4 ਤਰੀਕ ਨੂੰ ਤਾਂ ਆਪਣਾ ਲਾਇਆ ਨਹੀਂ ਸੀ ਆਪਣੀ ਰਿਪੋਰਟ ਦੇ ਵਿੱਚ। ਅਮਰਜੋਤ ਸਰ, ਡੂ ਯੂ ਰਿਮੈਂਬਰ ਹਿਮ ਔਨ ਲਾਸਟ ਸੰਡੇ, ਹੀ ਵਾਸ ਆਸਕਿੰਗ ਕਿ ਮੇਰਾ ਵੀਜ਼ਾ ਤੁਸੀਂ ਹਜੇ ਫਾਈਲ ਨਾ ਕਰਨਾ। ਔਰ ਸਰ ਨੇ ਮੈਨੂੰ 2 ਦਿਨ ਪਹਿਲਾਂ, ਮੈਂ ਤੁਹਾਨੂੰ ਰਿਪੀਟ ਕਰਦਿਆਂ, ਜੋ ਤੁਹਾਡੇ ਜਿਹੜੇ ਇਸ ਫਾਈਲ ਦੀ ਖੂਬੀਆਂ ਹੈ, ਜੇ ਤੁਹਾਨੂੰ ਸ਼ਾਇਦ ਯਾਦ ਆ ਜਾਏਗਾ, ਰਿਫਰੈਸ਼ ਹੋ ਜਾਏਗਾ। ਅਸੀਂ ਮਿਲੇ ਸੀ ਜੁਲਾਈ ਅਗਸਤ ਵਿੱਚ, ਮੈਂ ਆਇਆ ਸੀ ਲੁਧਿਆਣੇ, ਤੁਸੀਂ ਮਿਲਣ ਆਏ ਸੀ ਮੈਨੂੰ ਚੰਡੀਗੜ੍ਹ, ਸੋਰੀ ਚੰਡੀਗੜ੍ਹ, 12,000 ਦੇ ਕੇ ਤੁਸੀਂ ਆਏ ਸੀ ਮੇਰੇ ਖਿਆਲ। ਤੇ ਨੋਰਮਲੀ ਮੈਂ ਕੇਸ ਲੈਣਾ ਨਹੀਂ ਲੋਕਾਂ ਦਾ, ਜਦ ਯੂ ਨੋ ਆਈ ਟਰਾਈ ਟੂ ਬੀ ਵੈਰੀ ਸਿਲੈਕਟਿਵ ਕਿ ਕਿਸ ਦਾ ਕੇਸ ਕਰਨਾ ਨਹੀਂ ਕਰਨਾ। ਲੇਕਿਨ ਜਿਹੜੇ ਰੈੱਡ ਸੀਲ ਵਾਲੇ ਹੈ, ਰੈੱਡ ਸੀਲ ਵਾਲੇ ਨਾਲ ਮੈਨੂੰ ਖਾਸ ਇੱਕ ਪ੍ਰੇਮ ਹੈ, ਕਿਉਂਕਿ ਰੈੱਡ ਸੀਲ ਵਾਲੇ ਆਪ ਮਿਹਨਤੀ ਹੁੰਦੇ ਆ, ਉਹਨਾਂ ਦੇ ਕੁਆਲੀਫਿਕੇਸ਼ਨ ਹੁੰਦੀ ਹੈ, ਜਿਹੜੇ ਹੁਣ ਮਕੈਨਿਕ ਹੈ, ਇਲੈਕਟ੍ਰੀਸ਼ੀਅਨ ਹੈ, ਕਾਰਪੈਂਟਰ ਹੈ, ਵਟ ਐਵਰ, ਯੂ ਨੋ ਦੇ ਆਰ ਆਲ ਲਿਸਟ ਆਫ ਰੈੱਡ, ਜਿਹੜੇ ਰੈੱਡ ਸੀਲ ਅਪਲਾਈ ਕਰਦੇ ਹੈ। ਸੋ ਰੈੱਡ ਸੀਲ ਵਾਲੇ ਨੂੰ ਮੈਨੂੰ ਕੁਛ ਖਾਸ ਅੰਦਰੋਂ ਇੱਕ ਲਗਾਵ ਹੁੰਦਾ ਹੈ, ਕਿਉਂਕਿ ਉਹ ਮਿਹਨਤ ਕਰਕੇ ਆਪਣਾ ਇੱਕ ਇਨੀਸ਼ੀਏਟਿਵ ਲੈ ਕਰ
एक अप्रोच करके इनविटेशन लेटर मंगा रहे हैं। सो मेरा काम तो ही शुरू होता है जब तुहाडे कोल एक रिटन टेस्ट का एक आ जाए कि रिटन टेस्ट देना, उस तो पहला मेरा कोई रोल ही नहीं है। सो मैं इस चीज़ को चैलेंज वगू लेना कि अगले का रिटन टेस्ट का इनविटेशन आया है तो उन्होंने वीज़ा एम्बेसी दे रही है क्यों नहीं दे रही है, मतलब कि दो बार तीन बार तुहाडे ते छे बार रिफ्यूज़ हो गया, तो मैं अंदरों एक एक हॉल का पैंता है कि भी ये इन्हों वीज़ा क्यों नहीं मिल रहा, इन आप चैलेंज वगू लेंगे। टेंशन लो भी दो बार जो हो जाऊगा तो तीसरी बार मेंटली प्रिपेयर हो जाऊंगा। मैं मेरे दिमाग आया मैं यार वीजा सर तो कह रहे जिम्मे भी घर बैठे होंगे वो भी एक्चुअली मेरी चाल है, तुहानू मैं दस दिया चाल मैं दस दिया की है कि हर एक क्लाइंट नू मैं मेंटली मैं कहना कि भाई तुसी तैयार रहो तुहाडा वीजा रिफ्यूज होएगा, मतलब कि मन के चलो एक दो बार रिफ्यूज होना कोई बड़ी गल नहीं, क्योंकि इन्ने जब छे बार रिफ्यूज हो गया तो एक बार होर रिफ्यूज हो जाएगा, मन के चलो कि तुहाडे बैकग्राउंड वीजा ऑफिसर नू इंप्रेस नहीं कर रहे। सो व्हाट आई वांट इज एक्चुअली पीपल शुड हैव कॉन्फिडेंस इन मी, मतलब कि अगर जो मैं मतलब मैं लग गया कि केस लेना चाहिए तो मैं मतलब मैं साथ नहीं छड़ांगा, भावें एक बार दो बार तीन बार जिन्नी बार भी एज मच एज पॉसिबल अप्लाई करना पे तो मैं मतलब कि आई विल बी सपोर्टिंग द एप्लीकेशन। सो बाकी तुहाडे केस विच मैं आप हैरानी है कि तुहाडी फाइल लगी सी 3 तरीक नूं 3 मार्च नूं, क्योंकि मेरे को तो रसीद है ना सारी, मैं इत्थे ये शो हो रहा सारा मेरे को सारा 3 तरीक नूं तुहाडी फाइल लगी है, 5 मार्च नूं आफ्टर 2 डेज आफ्टर 48 डेज उन्होंने कहा कि ओके गिव मी द पासपोर्ट एंड देन वी विल गेट टू द वीजा। सो आई एम सरप्राइज, दिस इज अ रिकॉर्ड इन माई लाइफ, आई हैव डन थाउजेंड्स ऑफ एप्लीकेशन इन द पास्ट 20 ईयर्स, आई कैन टेल यू दिस इज योर ओन पर्सनल रिकॉर्ड के विद इन टू डेज जिहड़ी एप्लीकेशन 6 बार रिफ्यूज हो चुकी है within 2 days उन्होंने पासपोर्ट रिक्वेस्ट मंगा ली। दिस इज पासपोर्ट रिक्वेस्ट मतलब वीजा मिलेगा ना सर जी, तुसी पासपोर्ट रिक्वेस्ट जेडी है ना चंडीगढ़ या फिर जलंधर दे विच अपना पासपोर्ट सबमिट करन जाओगे अलोंग विद सम मनी, इहदे च करीब 1200 या 1400 रुपए लगणगे तुहाडे, एंड फिर ओ तुहानू पासपोर्ट दे उत्ते स्टिकर लगा के ਉਹ ਤੁਹਾਨੂੰ ਪਾਸਪੋਰਟ ਵਾਪਸ ਬਲੂ ਡਾਟ ਦੇ ਰਾਹੀਂ ਤੁਹਾਡੇ ਕੋਰੀਅਰ ਕਰ ਦੇਣਗੇ ਤੁਹਾਡੇ। ਠੀਕ ਹੈ ਜੀ, ਠੀਕ ਹੈ ਜੀ। ਜਿਵੇਂ ਆਪਾਂ ਫਿੰਗਰ ਪ੍ਰਿੰਟਿੰਗ ਕਰਨ ਜਾਂਦੇ ਆ ਨਾ ਆਫਟਰ ਸਬਮਿਟਿੰਗ ਆਵਰ ਫਾਈਲ, ਹਾਂਜੀ ਸੇਮ ਦੇ ਨਾਲ ਇਸ ਤਰੀਕੇ ਨਾਲ ਆਪਾਂ ਪਾਸਪੋਰਟ ਸਬਮਿਟ ਕਰਨਾ ਪਏਗਾ, ਅਦਰਵਾਈਜ਼ ਯੂ ਵੋਂਟ ਬੀ ਏਬਲ ਟੂ ਫਲਾਈ, ਕਿਉਂਕਿ ਬਿਨਾ ਸਟicker ਤੋਂ ਤੁਸੀਂ ਫਲਾਈ ਨਹੀਂ ਕਰ ਪਾਓਗੇ। ਹਾਂ ਠੀਕ ਹੈ ਜੀ, ਠੀਕ ਹੈ। ਸੋ ਇਸ ਕਰਕੇ ਜਿਸ ਬੰਦੇ ਦਾ ਵੀਜ਼ਾ ਲੱਗ ਜਾਂਦਾ ਹੈ ਉਹਨੂੰ ਪਾਸਪੋਰਟ ਦੀ ਰਿਕੁਐਸਟ ਦੇਣੀ ਆਉਂਦੀ ਹੈ ਔਰ ਉਹਨੂੰ ਪਾਸਪੋਰਟ ਸਬਮਿਟ ਕਰਨਾ ਹੀ ਪੈਂਦਾ ਹਰ ਹਾਲ ਚ। ਅਸਲ 'ਚ ਐਕਚੁਅਲੀ ਕਮਲ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਵੀ ਆਇਆ ਕਿਸ ਤਰ੍ਹਾਂ। ਸਰ 2 ਦਿਨ ਦੇ ਵਿੱਚ ਮੈਂ ਸੁਣਦਾ ਹੁੰਦਾ ਸੀ, ਕਈ ਵਾਰ ਕਿਹਾ 2 ਦਿਨ 'ਚ ਬੜੇ ਬਥੇਰੇ ਯੂਟਿਊਬ ਸੁਣਿਆ, ਬਟ ਮੈਂ ਕਿਹਾ ਯਾਰ ਝੂਠ ਬੋਲਦੇ ਨੇ, 2 ਦਿਨ ਤਾਂ ਕੋਈ ਵੀਜ਼ਾ ਆ ਹੀ ਨਹੀਂ ਸਕਦਾ ਹੈਗਾ, ਇਮੀਗ੍ਰੇਸ਼ਨ ਆਫਿਸ ਨੂੰ ਟਾਈਮ ਚਾਹੀਦਾ ਹੈ ਪੜ੍ਹਨ ਦੇ ਲਈ ਵੀ ਉਹਨਾਂ ਨੇ ਲਿਖਿਆ ਕੀ ਹੈ ਵਿੱਚ ਪਾਇਆ ਕੀ ਉਹਨਾਂ ਦੇ ਉਹਦੇ ਵਿੱਚ। ਬਟ ਤੁਹਾਨੂੰ ਇੱਕ ਸੀਕਰੇਟ ਤੁਹਾਨੂੰ ਹੋਰ ਵੀ ਦੱਸ ਦੇਈ ਹੈ, ਜੇ ਤੁਸੀਂ ਸੀਕਰੇਟ ਇੱਕ ਸੀਕਰੇਟ ਹੋ ਦੇ, ਤੁਹਾਡੀ ਐਪਲੀਕੇਸ਼ਨ ਹੈੱਡਕੁਆਰਟਰ ਤੋਂ ਪਾਸ ਹੋਈ ਹੈ ਕੈਨੇਡਾ ਤੋਂ। ਹੈੱਡਕੁਆਰਟਰ ਵਾਲੇ ਵੀ, ਕਿਉਂਕਿ ਆਨਲਾਈਨ ਐਪਲੀਕੇਸ਼ਨ ਹੈ, ਆਨਲਾਈਨ ਦਾ ਇਹ ਨਹੀਂ ਪਤਾ ਕਿ ਕੌਣ ਇਸ ਐਪਲੀਕੇਸ਼ਨ ਨੂੰ ਚੱਕੂਗਾ ਕੌਣ ਕਰੇਗਾ, ਕਿਉਂਕਿ ਉਹਨਾਂ ਦੀ ਡਿਪੈਂਡਿੰਗ ਔਨ ਦ ਅਵੇਲੇਬਿਲਿਟੀ ਫਿਰ ਉਹ ਚੈੱਕ ਕਰਦੇ ਹੈ। ਸੋ ਯੂ ਨੈਵਰ ਨੋ ਕਿ ਐਪਲੀਕੇਸ਼ਨ ਤੁਹਾਡੀ ਡਾਕੂਮੈਂਟਸ, ਪਹਿਲੀ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਤੁਹਾਡੇ ਡਾਕੂਮੈਂਟਸ ਬਹੁਤ ਹੀ ਅਵਲ ਦਰਜੇ ਦੇ ਡਾਕੂਮੈਂਟਸ ਹੈ, ਮਤਲਬ ਹਾਈ ਕਲਾਸ ਡਾਕੂਮੈਂਟਸ ਹੈ, ਤੁਹਾਡਾ ਐਕਸਪੀਰੀਅੰਸ ਬੋਲਦਾ ਹੈ, ਤੁਸੀਂ ਦੁਨੀਆ ਭਰ ਦੀ ਸੈਰ ਕਰ ਚੁੱਕੇ ਹੋ, ਤੁਸੀਂ ਸਿੰਗਾਪੁਰ ਮੇਰੇ ਖਿਆਲ ਇੱਕ ਲੈਬਨਾਨ ਜਾਂ ਇਲੀਬੀਆ ਸਮਥਿੰਗ ਇੱਕ ਦੋ ਕੰਟਰੀ ਵੀ ਤੁਸੀਂ ਕੰਮ ਕਰ ਚੁੱਕੇ ਹੋ, ਤੁਹਾਡੇ ਕੋਲ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਹੈ, ਸੋਲਿਡ ਐਕਸਪੀਰੀਅੰਸ ਹੈ। ਚੌਥਾ,
ਜੋ ਤੁਸੀਂ ਆਪਣੇ ਗੋਲਡ ਮੈਡਲ ਵਾਲਾ ਤੁਸੀਂ ਲੈ ਸਕੇ ਆਟੋਮੋਟਿਵ ਰੈਕਗਨਾਈਜ਼ੇਸ਼ਨਸ ਜਿੰਨੀਆਂ ਵੀ ਨੇ ਅਵਾਰਡ ਜਿੰਨੇ ਵੀ ਨੇ ਦੈਟਸ ਰਾਈਟ ਉਹ ਵੀ ਲਗਾਈਆਂ ਸੀ ਨਾਲ ਉਹ ਵੀ ਲਗਾਈ ਸੀ ਨਾਲ ਸਰ ਤੁਹਾਡੀ ਪੂਰੀ ਪੂਰੀ ਜਨਮ ਕੁੰਡੀ ਲਗਾਈ ਹੈ ਤੁਸੀਂ ਕਿੱਥੋਂ ਤੁਸੀਂ ਸ਼ੁਰੂ ਕੀਤਾ ਕਿੱਥੋਂ ਤੁਸੀਂ ਕੰਮ ਸਿੱਖਿਆ ਕਿਤੀ ਤੁਹਾਡੀ ਸੈਲਰੀ ਸਾਰਾ ਲਾਇਆ ਮੈਂ ਤੇ ਜੋ ਜੋ ਤੁਸੀਂ ਅਵਾਰਡ ਲਿੱਤੇ ਮੇਰੇ ਖਿਆਲ ਤੁਹਾਡੀ ਅਵਾਰਡ ਦੇ ਹੀ 10-15 ਪੇਜ ਦੀ ਤੇ ਮੇਰੇ ਖਿਆਲ ਅਵਾਰਡ ਦਾ ਹੈ ਤੁਹਾਡੇ ਕੋਲ ਲਿਸਟ ਹੈ ਤੇ ਤੀਸਰੀ ਚੀਜ਼ ਹੈ ਜੋ ਤੁਹਾਡੀ ਤਨਖਾਹ ਮਿਲ ਰਹੀ ਹੈ 50,000 ਤੁਸੀਂ ਆਲਰੇਡੀ ਤਨਖਾਹ ਲੈ ਰਹੇ ਹੋ ਇਸ ਵਕਤ ਦੈਟ ਇਜ਼ ਅ ਗੁੱਡ ਸੈਲਰੀ ਫੋਰ ਆਟੋ ਯੂ ਨੋ ਆਟੋ ਮਕੈਨਿਕ ਰਾਈਟ ਨਾਓ ਸੋ ਇਹ ਸਾਰੇ ਐਕਸਪੀਰੀਅੰਸ ਬੋਲਦਾ ਫਿਰ SINP ਦੀ ਪ੍ਰੋਫਾਈਲ ਹੈ ਬਿਲਕੁਲ 1 ਪੁਆਇੰਟ ਤੋਂ ਲੈ ਕੇ ਤੁਸੀਂ ਰਹਿ ਜਾਓਗੇ ਅਦਰਵਾਈਜ਼ ਤੁਹਾਨੂੰ SINP ਨਹੀਂ ਮਿਲੇਗੀ ਸੋ ਇਹ ਸਾਰੇ ਫੈਕਟਰਸ ਨੂੰ ਕੰਟਰੀਬਿਊਟ ਕਰਕੇ ਮਤਲਬ ਉਹਨਾਂ ਨੂੰ ਫਾਈਲ ਜੱਚ ਗਈ ਅਤੇ ਉਹਨਾਂ ਨੇ ਤੁਹਾਨੂੰ ਦਿੱਤਾ ਐਂਡ ਦ ਰਿਜ਼ਲਟ ਇਜ਼ ਇਨ ਫਰੰਟ ਆਫ ਯੂ ਪਰ ਦੂਸਰੀ ਮਿਹਨਤ ਹਰਵਿੰਦਰ ਸਿੰਘ ਦੀ ਹੈ ਕਿਉਂਕਿ ਇਹਨਾਂ ਨੇ ਡਾਕੂਮੈਂਟ ਮੈਨੂੰ ਦਿੱਤੇ ਹੈ ਅਦਰਵਾਈਜ਼ ਇਹਨਾਂ ਨੇ ਅਗਰ ਡਾਕੂਮੈਂਟ ਮੈਨੂੰ ਨਹੀਂ ਦੇਣੇ ਸੀ ਤਾਂ ਵਟ ਵੁੱਡ ਆਈ ਹੈਵ ਡੂ ਆਈ ਵੁੱਡ ਬੀ ਨਥਿੰਗ ਵਿਦਆਊਟ ਹਿਮ ਸੋ ਇਹਦੇ ਵਿੱਚ ਸਾਰੇ ਦਾ ਸੰਯੋਗ ਹੈ ਅਤੇ ਉੱਪਰ ਵਾਲੇ ਦੀ ਕਿਰਪਾ ਹੈ ਅਤੇ ਤੁਸੀਂ ਹੁਣ ਜੋ ਵੀ ਆਪਣਾ ਕੰਮ ਤੁਸੀਂ ਮੈਨੂੰ ਪਤਾ ਤੁਹਾਡੇ ਜਿਹੜੇ ਰੁਝੇਵੇ ਤੁਸੀਂ ਸ਼ਾਇਦ ਟ੍ਰੇਨਿੰਗ ਰਨਿੰਗ ਕਰ ਰਹੇ ਸੀ ਉਹ ਆਪਣੀ ਇਮੀਡੀਏਟਲੀ ਸੈਸਕੈਚੁਆਨ ਅਪ੍ਰੈਂਟਿਸਨ ਟ੍ਰੇਡ ਜੋ ਬੋਰਡ ਹੈ ਜਿੱਥੇ ਉਹ ਜਿਹਨੇ ਇਨਵੀਟੇਸ਼ਨ ਦਿੱਤਾ ਹੈ ਉਹਨਾਂ ਨੂੰ ਤੁਸੀਂ ਈਮੇਲ ਦੇ ਦਿਓ ਅੱਜ ਨਹੀਂ ਮਤਲਬ ਕੱਲ੍ਹ ਪਰਸੋਂ ਕਰ ਦੇਣਾ ਔਨ ਦਾ ਮੰਡੇ ਮੇਰਾ ਪਾਸਪੋਰਟ ਰਿਕੁਐਸਟ ਆ ਗਿਆ ਅਤੇ ਆਈ ਵਿਲ ਬੀ ਕਮਿੰਗ ਅਤੇ ਜ਼ਰੂਰ ਤੁਸੀਂ ਜਾਓ ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ ਜਾ ਕੇ ਤੁਸੀਂ ਆਪਣਾ ਇਸ ਐਗਜ਼ਾਮੀਨੇਸ਼ਨ ਨੂੰ ਫਤਿਹ ਕਰੋ ਅਤੇ ਕਰੋਗੇ ਫਿਰ ਤੁਹਾਨੂੰ PNP ਮਿਲੇਗੀ ਅਤੇ ਸਾਰੇ ਪਰਿਵਾਰ ਨੂੰ ਲੈ ਕੇ ਤੁਸੀਂ PR ਹੋ ਜਾਓਗੇ ਇੱਕ ਮੈਂ ਗੱਲ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜਾ ਮੈਂ ਉਸ ਉਹਨਾਂ ਨੂੰ ਵੀ ਕਿਹਾ ਸੀ ਪਹਿਲੇ ਵਾਲੇ ਜਿਹੜੇ ਪਾਸ ਹੋਏ ਸੀ ਰੈੱਡ ਸੀਲ ਵਾਲੇ ਕਿ ਆਹ ਜਿਹੜਾ ਟੈਸਟ ਹੈ ਈਜ਼ੀ ਟੈਸਟ ਨਹੀਂ ਹੈ ਇਸ ਟੈਸਟ ਦੀ ਤੁਹਾਨੂੰ ਤਿਆਰੀ ਕਰਨੀ ਚਾਹੀਦੀ ਔਨਲਾਈਨ ਜੇ ਟਿਊਟੋਰੀਅਲ ਮਿਲਦਾ ਹੈ ਉੱਥੇ ਜਾ ਕੇ ਤੁਸੀਂ ਪੜ੍ਹ ਲਓ ਪਹਿਲਾਂ ਦੇਖ ਲਓ ਯੂ ਹੈਵ ਟੂ ਸਟੱਡੀ ਹਾਰਡ ਕਿਉਂਕਿ ਇੱਦਾਂ ਨਾ ਹੋਏ ਕਿ ਤੁਸੀਂ ਜਾਓ ਅਤੇ ਐਗਜ਼ਾਮੀਨੇਸ਼ਨ ਫੇਲ ਕਰ ਜਾਓ ਐਗਜ਼ਾਮੀਨੇਸ਼ਨ ਇਜ਼ ਰਿਟਨ ਐਂਡ ਓਰਲ ਸਮਟਾਈਮਸ ਯੂ ਨੋ ਜਿਹੜਾ ਡੈਮੋ ਕਰਕੇ ਉਹ ਫਿਜ਼ੀਕਲ ਦੇਖਦੇ ਹਾਂ ਸ਼ਾਇਦ ਸੋ ਉਹਦੇ ਲਈ ਤਿਆਰੀ ਕਰਕੇ ਜਾਓ ਮੈਂ ਚਾਹੁੰਦਾ ਕਿ ਤੁਸੀਂ ਜਾਓ ਯੂ ਆਰ ਅ ਕੁਆਲੀਫਾਈਡ ਪਰਸਨ ਯੂ ਆਰ ਯੂ ਨੋ ਐਕਸਪਰਟ ਇਨ ਯੂਰ ਫੀਲਡ ਪਰ ਐਗਜ਼ਾਮ ਫੇਲ ਨਾ ਹੋ ਜਾਏ ਕਿਉਂਕਿ ਇਹ ਸਾਰਾ ਕੀ ਇੱਕ ਰਹਿ ਤੇ ਪਾਣੀ ਫਿਰ ਜਾਏਗਾ ਫਿਰ ਤੁਹਾਨੂੰ ਫਿਰ ਦੁਬਾਰਾ ਜਾਣਾ ਪਏਗਾ ਦੈਟ ਯੂ ਵਿਲ ਵੇਸਟ ਮੋਰ ਮਨੀ ਇਨ ਮੋਰ ਮਨੀ ਮੋਰ ਮਨੀ ਸੋ ਇਟ ਇਜ਼ ਪੁਆਇੰਟਲੈਸ ਸੋ ਇੱਕ ਚੀਜ਼ ਹੋਰ ਹੈ ਆਖਰੀ ਚੀਜ਼ ਹੈ ਜੋ ਮੈਂ ਵੀਜ਼ਾ ਅਫਸਰ ਨੂੰ ਮੈਂ ਲਿਖੀ ਹੋਈ ਹੈ ਆਪਣੇ ਵੱਲੋਂ ਲਿਖੀ ਹੋਈ ਹੈ ਕਿ ਮੇਰਾ ਇੱਕ ਪ੍ਰੋਮਿਸ ਹੈ ਵੀਜ਼ਾ ਅਫਸਰ ਨੂੰ ਮੈਂ ਲਿਖਿਆ ਹੋਇਆ ਮੇਰਾ ਪ੍ਰੋਮਿਸ ਹੈ ਕਿ ਇਹ ਮੇਰਾ ਕਲਾਇੰਟ ਹੈ ਵਾਪਸ ਆਏਗਾ ਅਤੇ ਇੱਦਾਂ ਨਾ ਹੋ ਕਿ ਤੁਹਾਨੂੰ ਲਾਲਚ ਆ ਜਾਏ ਤੁਸੀਂ ਮੁੜੋ ਨਾ ਇਟ ਵਿਲ ਡਿਸਟਰੋਏ ਮਾਈ ਕ੍ਰੈਡੀਬਿਲਿਟੀ ਸੋ ਜਾਓ ਤੁਸੀਂ ਤੁਹਾਨੂੰ ਵੀਜ਼ਾ 5 ਸਾਲ ਦਾ ਮਿਲੇਗਾ ਆਈ ਥਿੰਕ ਕਿਉਂਕਿ ਤੁਹਾਡਾ ਪਾਸਪੋਰਟ ਖਤਮ ਹੋ ਰਿਹਾ 2024 ਰਾਈਟ ਸੋ ਤੁਹਾਨੂੰ 4 ਸਾਲ ਦਾ ਵੀਜ਼ਾ ਮਿਲੇਗਾ ਮਲਟੀਪਲ ਵੀਜ਼ਾ ਹੋਏਗਾ ਅਤੇ ਤੁਸੀਂ ਜਿੰਨੀ ਵਾਰ ਜਾਣਾ ਹੈ ਤੁਸੀਂ ਜਾ ਸਕਦੇ ਹੋ ਯੂ ਕੈਨ ਡੂ ਇਟ ਐਂਡ ਬਟ ਆਈ ਵੁੱਡ ਵਾਂਟ ਯੂ ਟੂ ਗੋ ਦੇਰ ਸਪੈਂਡ ਅਬਾਊਟ ਮੇਬੀ 1 ਵੀਕ ਔਰ 2 ਵੀਕਸ ਜਿਹੜਾ ਉਹਦੇ ਵਿੱਚ ਆਪਾਂ ਲਿਖਿਆ ਸੀ 19 ਤਰੀਕ ਨੂੰ ਆਵਾਂਗੇ ਦੇਣ ਦੇ ਚਾਹਾਂਗੇ ਉਸੇ ਡੇਟ ਦੇ ਵਿੱਚ ਮੈਨੂੰ ਰਿਟਰਨ ਹੋਣਾ ਪੈਣਾ ਨਾ ਆਈ ਪ੍ਰੀਫਰ ਦੈਟ ਯੂ ਰਿਟਰਨ ਇਨ ਦੈਟ ਫੀਲਡ ਹਾਂਜੀ ਮੈਂ ਲਿਖਿਆ ਹੋਇਆ ਕਿ ਤੁਸੀਂ ਇੱਕ ਹਫਤੇ ਲਈ ਜਾ ਰਹੇ ਹੋ ਇੱਕ ਹਫਤਾ 10 ਦਿਨ ਹੈ ਅਤੇ ਉਸੇ ਟਾਈਮ ਦੀ ਟਿਕਟ ਬੁੱਕ ਕਰਾਓ ਅਤੇ ਉਸੇ ਟਾਈਮ ਵਿੱਚ ਜਾ ਕੇ ਉਸ ਟਾਈਮ ਵਾਪਸ ਆਓ ਅਤੇ ਤੁਹਾਡੇ ਕੋਲ ਥੋੜ੍ਹਾ ਤੁਸੀਂ ਉੱਥੇ ਰਜਾਇਨਾ ਜਾ ਰਹੇ ਹੋ ਨਾ ਜਾਓਗੇ ਤੁਹਾਨੂੰ ਹੋਰ ਵੀ ਉੱਥੇ ਬੰਦੇ ਮਿਲਣਗੇ ਸਪੈਸ਼ਲੀ ਆਪਣੇ ਇੰਡੀਅਨ ਪਾਪੂਲੇਸ਼ਨ ਬਹੁਤ ਮਿਲੇਗੀ ਤੁਸੀਂ ਜਾ ਕੇ ਆਪਣੇ ਹੋਰ ਵੀ ਜਿਹੜੇ ਆਟੋਮੋਟਿਵ ਡੀਲਰਸ ਨੇ ਆਟੋਮੋਟਿਵ ਮਕੈਨਿਕਸ ਨੇ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਟ ਲੁਕਿੰਗ ਫੋਰ ਅ ਜਾਬ ਬਟ ਯੂ ਜਸਟ ਟੂ ਸੇ ਹੈਲੋ ਐਂਡ ਇੰਟਰੋਡਕਸ਼ਨ ਸੇਲੇ ਹਾਏ ਜਾ ਕੇ ਗੱਲਬਾਤ ਕਰ ਸਕਦੇ ਦੇਖ ਸਕਦੇ ਹੋ ਕਿ ਕੀ ਕਿੱਦਾਂ ਲੋਕ ਕਰਦੇ ਜਿਹੜੇ ਹੋਰ ਲੋਕ ਕੰਮ ਜਿਹੜੇ ਪੰਜਾਬੀ ਲੋਕ ਕੰਮ ਕਰ ਰਹੇ ਆ ਜਿਹੜੇ ਆਟੋਮੋਟਿਵ ਦਾ ਕੰਮ ਕਰ ਰਹੇ ਉਹਨਾਂ ਨਾਲ ਵੀ ਤੁਸੀਂ ਇੰਟਰੋਡਕਸ਼ਨ ਕਰ ਸਕਦੇ ਹੋ ਅਤੇ ਮੁੜ ਕੇ ਵਾਪਸ ਆਓ SINP ਜਿੱਤ ਕਰ ਆਓ ਤੁਸੀਂ ਰੈੱਡ ਸੀਲ ਜੇ ਲੈ ਕਰ ਆਓ ਰੈੱਡ ਸੀਲ ਦਾ ਸਰਟੀਫਿਕੇਟ ਪਾਸ ਕਰਕੇ ਆਓ ਵਾਪਸ ਆਓ ਲੁਧਿਆਣੇ ਆਓ SINP ਪ੍ਰੋਫਾਈਲ ਨੂੰ ਐਡ ਕਰੋ SINP ਤੁਹਾਨੂੰ ਇੱਕ ਨੋਮੀਨੇਸ਼ਨ ਦੇਗੀ ਵਿਦਇਨ 3-4 ਮੰਥਸ ਹੋਪਫੁਲੀ ਅਤੇ ਸਾਰੇ ਪਰਿਵਾਰ ਨੂੰ ਤੁਸੀਂ ਫਿਰ PNP ਦੇ ਥਰੂ ਤੁਸੀਂ PR ਫਾਈਲ ਵਿਦਇਨ ਇੰਡੀਆ ਕਰੋਗੇ ਸੋ ਡੋਂਟ ਮੇਕ ਦ ਮਿਸਟੇਕ ਆਫ ਕਿ ਉੱਥੇ ਕੈਨੇਡਾ ਜਾ ਰਹੇ ਹਾਂ ਆਪਾਂ ਇੱਕ ਵਾਰ ਚਲੇ ਗਏ ਜੇ ਉੱਥੇ ਮੁੜਦਾ ਨਹੀਂ ਇੰਡੀਆ ਆ ਕੇ ਵਾਪਸ ਲੁਧਿਆਣੇ ਆ ਕੇ PR ਦੀ ਫਾਈਲ SINP ਦੇ ਥਰੂ PR ਲੈ ਕੇ ਫਿਰ ਸ਼ਾਨ ਨਾਲ ਤੁਸੀਂ PR ਦਾ ਵੀਜ਼ਾ ਲੈ ਕੇ ਜਾਓ ਦਿਸ ਇਜ਼ ਮਾਈ ਓਨਲੀ ਐਡਵਾਈਸ ਟੂ ਯੂ ਲਾਸਟ ਯੂ ਨੋ ਪਾਰਟਿੰਗ ਐਡਵਾਈਸ ਹੋਰ ਕੋਈ ਅਗਰ ਸਵਾਲ ਹੈ ਹਾਂਜੀ ਹਾਂਜੀ ਹਰਮਨ ਸਰ ਨਾਲ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਹੈ ਤਾਂ ਪਤਾ ਨਹੀਂ ਬਹੁਤ ਜ਼ਿਆਦਾ ਸ਼ੋਰ ਸੀਗੇ ਫਸਟ ਡੇ ਤੋਂ ਹੀ ਮੈਨੂੰ ਅਸੀਂ ਵੀ ਚਲੋ ਯਾਰ ਇਹ ਮਤਲਬ ਵੀਜ਼ਾ ਐਪਲੀਕੇਸ਼ਨ ਲਗਾਉਂਦੇ ਨੇ ਬੰਦੇ ਤਾਂ ਇਹ ਤਾਂ ਸ਼ੋਰ ਆਲਰੇਡੀ ਹੋਣਗੇ
देखो कमल जी तुहाडी कारगुजारियां जिहड़ियां ना इस फील्ड दे विच ਉਹ ਆਊਟਸਟੈਂਡਿੰਗ ਨੇ ਮਤਲਬ ਕਿ ਤੁਹਾਡੇ ਸਾਰੇ ਤੁਹਾਡੇ ਜਿਹੜੇ ਰਿਕਾਰਡਸ ਨੇ ਜਿਹੜੀਆਂ ਤੁਹਾਡੀ ਫੋਟੋਗ੍ਰਾਫਸ ਨੇ ਉਹ ਸਭ ਬੋਲਦੀਆਂ ਨੇ ਵੀ ਕਿੰਨੀਆਂ ਕਿੰਨੀਆਂ ਪੁਰਾਣੀਆਂ ਔਰ ਕਿੰਨੀਆਂ ਨਵੀਆਂ ਐਂਡ ਇਟ ਇਜ਼ ਲਾਈਕ ਫੁੱਲ ਆਫ ਯੂਅਰ ਅਵਾਰਡਸ ਓਨਲੀ ਫੋਟੋਗ੍ਰਾਫਸ ਹਰ ਜਗ੍ਹਾ ਤੇ ਫੋਟੋਗ੍ਰਾਫਸ ਤੁਹਾਡੀ ਅਵੇਲੇਬਲ ਨੇ ਯੂ ਆਰ ਗੈਟਿੰਗ ਪ੍ਰਾਈਜ਼ਸ ਫਰੋਮ ਦਾ ਟੀਮ ਕਹਿ ਲਓ ਜਾਂ ਤੁਸੀਂ ਰੈਕਗਨਾਈਜੇਸ਼ਨ ਕਹਿ ਲਓ ਜਾਂ ਜਿਹੜੇ ਸੋਵਿਨਰਸ ਹੁੰਦੇ ਨੇ ਉਹ ਕਹਿ ਲਓ ਸੋ ਦਿਸ ਇਜ਼ ਵਾਟ ਇਟ ਸਪੀਕਸ ਬਾਕੀ ਤੁਹਾਡਾ ਐਕਸਪੀਰੀਅੰਸ ਹੀ ਇੰਨਾ ਅੱਛਾ ਸੀਗਾ ਜਿਹੜਾ ਕਿ ਕਾਗਜ਼ਾਂ ਦੇ ਵਿੱਚ ਬੋਲਦਾ ਸੀ ਅਸ਼ੋਕ ਲੈਲੈਂਡ ਦਾ ਐਂਡ ਕਮਲ ਆਪਣੀ ਈਮੇਲ ਖੋਲ ਕੇ ਦੇਖ ਲਓ ਅਗਰ ਤੁਹਾਨੂੰ ਥੋੜਾ ਜਿਹਾ ਈਮੇਲ ਆਪਣੀ ਖੋਲ ਕੇ ਦੇਖੋ ਦੂਸਰੇ ਜਾਂ ਫੋਨ ਤੇ ਜਾਂ ਕੰਪਿਊਟਰ ਤੇ ਇਸ ਤੇ ਮਤਲਬ ਈਮੇਲ ਆ ਗਈ ਤੁਹਾਡੀ ਹਾਂਜੀ ਹਾਂਜੀ ਈਮੇਲ ਤੇ ਦੇਖੋ ਅਟੈਚਮੈਂਟ ਕਾਫੀ ਲਿਖੇ ਹੋਏ ਅਟੈਚਮੈਂਟ ਖੋਲ ਕੇ ਦੇਖੋ ਯਾਰ ਮੈਨੂੰ ਲੱਗ ਰਿਹਾ ਤੁਹਾਨੂੰ ਯਕੀਨ ਜ਼ਿਆਦਾ ਹੁਣ ਵੀ ਨਹੀਂ ਹੋ ਰਿਹਾ ਈਮੇਲ ਖੋਲ ਕੇ ਦੇਖੋ ਸਾਰੇ ਹਾਂਜੀ ਹਾਂਜੀ ਇਹ ਤੇ ਅਟੈਚਮੈਂਟ ਹੈਗੀ ਕਾਫੀ ਕੁਝ ਹੈ ਤਿੰਨ ਚਾਰ ਡਾਕੂਮੈਂਟਸ ਹੈ ਹਾਂਜੀ ਹਾਂਜੀ ਕਲੀਅਰ ਹੋ ਰਿਹਾ ਤੁਹਾਡਾ ਨਾਮ ਲਿਖਿਆ ਨਾ ਉਹਦੇ ਵਿੱਚ ਕਿ ਨਹੀਂ ਇੱਕ ਮਿੰਟ ਸਰ ਖੁੱਲ ਰਿਹਾ ਜੀ ਓਪਨ ਹੋ ਰਿਹਾ ਹਾਂਜੀ ਲਿਖਿਆ ਜੀ ਕਮਲਦੀਪ ਵੈਲਿਡਿਟੀ ਆਫ ਯੂਅਰ ਬਾਇਓਮੈਟ੍ਰਿਕ ਇਨਫੋਰਮੇਸ਼ਨ ਅੱਛਾ ਇਹ ਵੈਲਿਡਿਟੀ ਬਾਇਓਮੈਟ੍ਰਿਕ ਹੈ ਕਮਲ ਜੀ ਕੋਈ ਗੱਲ ਨਹੀਂ ਤੁਸੀਂ ਕੱਲ ਸੰਪਰਕ ਕਰ ਲੈਣਾ ਮੈਨੂੰ ਮੈਂ ਤੁਹਾਡਾ ਪਾਸਪੋਰਟ ਵਿੱਚ ਵੀ ਹੈਲਪ ਕਰ ਦੂੰਗਾ ਡੋਨਟ ਵਰੀ ਠੀਕ ਹੈ ਠੀਕ ਹੈ ਸਰ ਠੀਕ ਹੈ ਨਹੀਂ ਚਾਰ ਪੰਜ ਡਾਕੂਮੈਂਟਸ ਹੈ ਜਿਹੜੇ ਅਟੈਚ ਹੋਏ ਹੈ ਉਹਦੇ ਵਿੱਚ ਤੁਹਾਡਾ ਨਾਮ ਵੀ ਲਿਖਿਆ ਹੋਇਆ ਹੈ ਤੁਹਾਡੀ ਪ੍ਰੋਫਾਈਲ ਵੀ ਲਿਖੀ ਹੋਈ ਹੈ ਤੁਹਾਡਾ UCI ਨੰਬਰ ਸਭ ਲਿਖਿਆ ਹੋਇਆ ਸੋ ਮਤਲਬ ਪਾਸਪੋਰਟ ਰਿਕੁਆਇਰਮੈਂਟ ਹਾਂਜੀ ਹਾਂਜੀ ਆਇਆ ਹੈ ਰਿਕੁਆਇਰਮੈਂਟ ਸਭ ਕੁਝ ਲਿਖਿਆ ਹੋਇਆ ਹੈ ਤੇ ਆਹੀ ਲੈਟਰ ਨਾਲ ਲੈ ਕੇ ਜਾਣੀ ਹੈ ਇਹਦੀ ਪ੍ਰਿੰਟ ਆਊਟ ਤਿੰਨੋਂ ਲੈਟਰਾਂ ਲੈ ਕੇ ਆਣੀ ਪੈਣੀ ਹੈ ਜਿਹੜਾ ਜਿਹੜਾ ਇੱਕ ਲੈਟਰ ਲਿਖਿਆ ਜਿਹਦੇ ਵਿੱਚ ਲਿਖਿਆ ਹੈ ਯੋਰ ਐਪਲੀਕੇਸ਼ਨ ਇਜ਼ ਅਪਰੂਵ ਤੁਸੀਂ ਇਹਨਾਂ ਕੋਲ ਹਰਮਿੰਦਰ ਸਿੰਘ ਕੋਲ ਆ ਜਾਣਾ ਇਹ ਤੁਹਾਨੂੰ ਹੈਲਪ ਕਰ ਦੂੰਗਾ ਸਰ ਤੁਹਾਡੀ ਡੋਨਟ ਵਰੀ ਠੀਕ ਹੈ ਸਰ ਠੀਕ ਹੈ ਤੇ ਮੇਰੇ ਖਿਆਲ ਕੱਲ ਤੇ ਬੰਦ ਹੈ ਬੰਦ ਹੋ ਗਿਆ ਮੇਰੇ ਖਿਆਲ ਮੰਡੇ ਕੱਲ ਖੁੱਲਾ ਸ਼ਨੀਵਾਰ ਨੂੰ ਖੁੱਲਾ ਹੁੰਦਾ ਵੀ ਆਫਿਸ ਅੱਜ ਸੰਡੇ ਅੱਜ ਸ਼ਨੀਵਾਰ ਹੋ ਗਿਆ ਅੱਜ ਸੈਟਰਡੇ ਹੈ ਸਰ ਕੱਲ ਸੰਡੇ ਸਾਡੇ ਅੱਛਾ ਤੇ ਚਲੋ ਮੰਡੇ ਸੰਡੇ VFS ਤਾਂ ਬੰਦ ਹੁੰਦਾ ਹੈ ਸਰ ਲੇਕਿਨ ਹਲਵਾਈ ਦੀ ਦੁਕਾਨ ਜਿਹੜੀ ਉਹ ਖੁੱਲੀ ਹੁੰਦੀ ਹੈ ਕਮਲ ਜੀ ਹਾਂਜੀ ਹਾਂਜੀ ਪੱਕਾ ਜੀ ਪੱਕਾ ਸੋ 1 kg ਸਵੀਟ ਬਾਕਸ ਛਨਾ ਮੁਰਗੀ ਦਾ ਹੈ ਨਾ ਦੈਟ ਇਜ਼ ਮਾਈ ਫੇਵਰੇਟ ਸਰ ਆਈ ਹੋਪ ਤੁਹਾਨੂੰ ਵੀ ਪਸੰਦ ਹੋਏਗੀ ਸਰ ਜੀ ਕਿਸਮਤ ਵਾਲੇ ਤੁਸੀਂ ਛੇਣਾ ਮੁਰਗੀ ਖਾ ਸਕਦੇ ਹੋ ਆਪਾਂ ਤੇ ਬੈਠੇ ਠੰਡ 'ਚ ਬੈਠੇ ਹਾਂ ਇੱਥੇ ਕੈਨੇਡਾ ਬੈਠੇ ਅਸੀਂ ਫਸੇ ਹੋਏ ਹਾਂ ਮੇਰਾ ਮੇਰਾ ਮਨ ਚਾਹ ਕਰਕੇ ਵੀ ਮੈਂ ਛੇਣਾ ਮੁਰਗੀ ਨਹੀਂ ਖਾ ਸਕਦਾ ਬਾਕੀ ਬਾਕੀ ਛੇਣਾ ਮੁਰਗੀ ਨਹੀਂ ਮੈਂ ਹੁਣ ਜਿਹੜਾ ਮੇਰਾ ਫੇਵਰੇਟ ਹੈ ਦੁਨੀਆਂ ਨੂੰ ਪਤਾ ਹੈ ਕਿ ਮੈਂ ਲੁਧਿਆਣੇ ਜਦ ਵੀ ਜਾਂਦਾ ਤੇ ਇੱਕ ਉਹ ਡੰਡੀ ਸਵਾਮੀ ਮੰਦਿਰ ਦੇ ਸਾਹਮਣੇ ਇੱਕ ਜਿਹੜੇ ਫਰੂਟ ਕਰੀਮ ਹੈ ਉਹ ਜ਼ਰੂਰ ਮੈਂ ਖਾਂਦਾ ਹੁੰਦਾ ਠੀਕ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਨਾ ਮੈਂ ਬੜੇ ਮਤਲਬ ਆਪਣੇ ਹਾਰਟ ਤੋਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੈਨੂੰ ਤਕਰੀਬਨ 2010 ਦੇ ਵਿੱਚ ਮੈਂ ਅਲਬਰਟਾ 'ਚ ਵੀ ਅਪਲਾਈ ਕੀਤਾ ਸੀਗਾ ਅਤੇ ਉਦੋਂ ਤੋਂ ਹੀ ਮੈਂ ਅਪਲਾਈ ਕਰਦਾ ਆ ਰਿਹਾ 10, 11, 12, 13, 14, 15, 16, 17, 18 ਇਹੋ ਜਿਹਾ ਕੋਈ ਈਅਰ ਅਜਿਹਾ ਜੋ ਕੋਈ ਮੰਥ ਨਹੀਂ ਆਇਆ ਜਿਹਦੇ ਵਿੱਚ ਕੈਨੇਡਾ ਵਿਜ਼ਨ ਮੇਰੇ ਸਾਹਮਣੇ ਨਾ ਹੋਇਆ ਹੋਵੇ ਅਤੇ ਬਟ ਅੱਜ ਤੁਸੀਂ ਉਹਨੂੰ ਸਾਕਾਰ ਕੀਤਾ ਸਰ ਵੈਰੀ ਥੈਂਕ ਯੂ ਸਰ ਥੈਂਕਸ ਸੋ ਮਚ ਸਰ ਥੈਂਕਸ ਸੋ ਹਰਮੰਦਰ ਸਰ ਤੁਹਾਨੂੰ ਵੀ ਬਹੁਤ ਬਹੁਤ ਥੈਂਕ ਯੂ ਵੈਲਕਮ ਵੈਲਕਮ ਸਰ ਜੀ ਮੈਨੂੰ ਖੁਸ਼ੀ ਹੈ ਤੁਸੀਂ ਸਕਸੈਸ ਹੋਏ ਮੈਂ ਤੁਹਾਡੇ ਦੇ ਤੁਹਾਡੀ ਸਕਸੈਸ ਵਿੱਚ ਮੈਂ ਕੁਝ ਛੋਟਾ ਜਿਹਾ ਰੋਲ ਹੈ ਉਹਦੇ ਲਈ ਚੰਡੀਗੜ੍ਹ ਵੀ ਹਾਂਜੀ ਚੰਡੀਗੜ੍ਹ ਵੀ ਗਿਆ ਸੀਗਾ ਇੱਕ ਦੋ ਵਾਰੀ ਏਜੰਟ ਲੁਧਿਆਣੇ ਵੀ ਉਹ ਕਹਿੰਦੇ ਜਿਸ ਹਿਸਾਬ ਨਾਲ ਤੁਹਾਡੀ ਕੁਆਲੀਫਿਕੇਸ਼ਨ ਹੈ ਤੇ ਐਕਸਪੀਰੀਅੰਸ ਹੈ ਤੁਹਾਡੇ ਲਈ ਕਹਿੰਦੇ ਜਾਪਾਨ ਬਣਿਆ ਕੈਨੇਡਾ ਨਹੀਂ ਬਣਿਆ ਮਤਲਬ ਮੇਰਾ ਉਹਨਾਂ ਨੇ ਮਜ਼ਾਕ ਉਡਾਇਆ ਜੀ ਉਹਨਾਂ ਨੇ ਮੇਰਾ ਮਜ਼ਾਕ ਉਡਾਇਆ ਤੇ ਮੈਂ ਫਿਰ ਮਤਲਬ ਬਿਨਾਂ ਕੋਈ ਗੱਲ ਕਰੇ ਵਾਪਸ ਆ ਗਿਆ ਸੀ ਮੈਂ ਕਿਹਾ ਠੀਕ ਹੈ ਯਾਰ ਨਹੀਂ ਹੋ ਸਕਦਾ ਨਾ ਜਿਨ੍ਹਾਂ ਨੇ ਤੁਹਾਡਾ ਮਜ਼ਾਕ ਉਡਾਇਆ ਤੁਸੀਂ ਉਹਨੂੰ ਅਗਲੇ ਹਫਤੇ ਵੀਜ਼ਾ ਜਾ ਕੇ ਦਿਖਾ ਕੇ ਆ ਜਾਣਾ ਕਿ ਦੇਖ ਲਓ ਭਾਈ ਸਾਹਿਬ ਹੋਪਫੁਲੀ ਦੇ ਵਿੱਚ ਸੀ ਔਨ ਯੂਟਿਊਬ ਬਾਕੀ ਆਪਣੇ ਜਵਾਬ ਮਿਲ ਜਾਏਗਾ ਉਹਨਾਂ ਨੂੰ ਆਪਣੇ ਪਰਿਵਾਰ ਮੈਂਬਰ ਆਪਣੀ ਵਾਈਫ ਨੂੰ ਬੱਚਿਆਂ ਨੂੰ ਸਾਰੇ ਨੂੰ ਮੇਰੇ ਵੱਲੋਂ ਬੈਸਟ ਵਿਸ਼ਸ ਤੇ ਗੁੱਡ ਬਲੇਸਿੰਗਸ ਫॉर द ਫਿਊਚਰ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਥੈਂਕ ਯੂ ਟੇਕ ਕੇਅਰ ਓਕੇ ਬਾਏ ਸਰ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਜੁੜੇ ਹੋਏ ਆ ਕਮਲ ਪੰਜਾਬ ਤੋਂ ਜਿਨ੍ਹਾਂ ਦਾ ਵੀਜ਼ਾ ਲੱਗਿਆ ਹੈ ਹਾਲ ਰੈਡਸ ਦੇਣ ਲਈ ਐਗਜ਼ਾਮੀਨੇਸ਼ਨ ਆਵਾਜ਼ ਤੁਹਾਡੀ ਮੇਰੀ ਖਿਆਲ ਅੱਛਾ ਐਨੀਵੇ ਲੈਟਸ ਡੂ ਵਿਦ ਵਾਟ ਐਵਰ ਸਪੀਡ ਵੀ ਹੈਵ ਸੋ ਕਮਲ ਕੰਗ੍ਰੈਚੁਲੇਸ਼ਨਸ ਔਨ ਯੋਰ ਵੀਜ਼ਾ ਮੈਂ ਚਾਹੁੰਦਾ ਕਿ ਤੁਸੀਂ ਲੋਕਾਂ ਨੂੰ ਇਹ ਜ਼ਰੂਰ ਦੱਸੋ ਕਿ ਤੁਸੀਂ ਇਹ ਪ੍ਰੋਸੈਸ ਕਿੱਦਾਂ ਸ਼ੁਰੂ ਕੀਤਾ ਅਤੇ ਕਿਹੜੇ ਕਿਹੜੇ ਸਟੈਪ ਤੋਂ ਤੁਸੀਂ ਲੰਘ ਕੇ ਗਏ ਹੋ ਅਤੇ ਤੁਹਾਡਾ ਇਨਵੀਟੇਸ਼ਨ ਆਇਆ ਫਿਰ ਉਹਦੇ ਬਾਅਦ ਤੁਸੀਂ ਵੀਜ਼ਾ ਅਪਲਾਈ ਕੀਤਾ ਸੋ ਲੈਟ ਅਸ ਲੁੱਕ ਐਟ ਕਿ ਬਈ ਤੁਸੀਂ ਸੈਸਕੈਚੁਆਨ ਕਿਉਂ ਸਿਲੈਕਟ ਕੀਤਾ ਪਹਿਲੀ ਗੱਲ BC ਵੀ ਹੈ ਮੈਨੀਟੋਬਾ ਵੀ ਹੈ ਓਨਟਾਰੀਓ ਵੀ ਹੈ ਵਾਈ ਡਿਡ ਯੂ ਚੂਜ਼ ਸੈਸਕੈਚੁਆਨ ਟੂ ਗੈਟ ਰੈੱਡ ਸੀਲ
ਸਸਕੈਚਵਨ ਨੂੰ ਇਸ ਲਈ ਮੈਂ ਚੂਜ਼ ਕੀਤਾ ਕਿਉਂਕਿ ਜਿਹੜਾ ਉਹਨਾਂ ਦਾ ਇੱਕ ਪ੍ਰੋਗਰਾਮ ਹੈ SINP ਸਸਕੈਚਵਨ ਇਮੀਗ੍ਰੇਸ਼ਨ ਨੋਮਨੀ ਪ੍ਰੋਗਰਾਮ, ਉਹਦੇ ਵਿੱਚ ਜਿਹੜੀ ਰਿਕੁਆਇਰਮੈਂਟ ਹੈ ਬੜੀ ਹੀ ਘੱਟ ਰਿਕੁਆਇਰਮੈਂਟ ਹੈ ਇਨ ਰਿਸਪੈਕਟ ਆਫ ਆਈਲੈਟਸ, ਇਨ ਰਿਸਪੈਕਟ ਆਫ ਆਪਣੀ ਐਜੂਕੇਸ਼ਨ, ਕਿਉਂਕਿ ਬਾਕੀ ਪ੍ਰੋਮੀਨੈਂਸ ਦੇ ਵਿੱਚ ਆਈਲੈਟਸ ਵੀ ਚਾਹੀਦਾ ਚਾਹੀਦੀ ਹੈ ਤੇ ਆਪਣਾ ਇੱਕ ਕੁਆਲੀਫਿਕੇਸ਼ਨ ਵੀ ਜ਼ਿਆਦਾ ਚਾਹੀਦੀ ਹੈ, ਬਟ ਆਈਲੈਟਸ ਸਸਕੈਚਵਨ ਦੇ ਵਿੱਚ ਕੀ ਹੈ ਯੂ ਨੀਡ 60.2 ਐਲੀਜੀਬਲ ਫੋਰ ਨੋਮੀਨੇਸ਼ਨ. ਅੱਛਾ ਜੀ. ਤੋ ਇਸ ਲਈ ਮੈਨੂੰ ਫਿਰ ਮੇਰੇ ਏਜ ਦੇ ਹਿਸਾਬ ਨਾਲ ਮੈਂ ਕਾਊਂਟ ਕੀਤੇ ਆਪਣੇ ਪੁਆਇੰਟ ਕੈਲਕੂਲੇਸ਼ਨ ਕੀਤੇ ਵੀ ਮੇਰੀ ਏਜ ਦੇ ਹਿਸਾਬ ਨਾਲ ਮੈਨੂੰ ਕਿੰਨੇ ਬਣਦੇ ਨੇ, ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਕਿੰਨੇ ਬਣਦੇ ਨੇ. ਤੇ ਉਹਦੇ ਵਿੱਚ ਇੱਕ ਕ੍ਰਾਈਟੇਰੀਆ ਹੈ ਕਿ ਟ੍ਰੇਡ ਸਰਟੀਫਿਕੇਸ਼ਨ ਦਾ, ਜਿਹੜੀ ਕਿ ਸਿਰਫ ਸਸਕੈਚਵਨ ਹੀ ਟ੍ਰੇਡ ਸਰਟੀਫਿਕੇਸ਼ਨ ਦੇ 30 points ਦਿੰਦੀ ਹੈ, 20 points ਦਿੰਦੀ ਹੈ. ਅਦਰਵਾਈਜ਼ ਬਾਕੀ ਜਿਹੜੀ ਪ੍ਰੋਮੀਨੈਂਸ ਦੀ ਕੋਈ 10 ਦੇ ਰਹੀ ਹੈ, ਕੋਈ 12 ਦੇ ਰਹੀ ਹੈ, ਕੋਈ 8 ਦੇ ਰਹੀ ਹੈ. ਤੁਸੀਂ ਕਿਸ ਤਰ੍ਹਾਂ ਗਏ ਉਹਨਾਂ ਦੀ ਵੈਬਸਾਈਟ ਤੇ, ਤੁਸੀਂ ਆਨਲਾਈਨ ਐਪਲੀਕੇਸ਼ਨ ਕੀਤੀ ਹੈ? ਕਿਉਂਕਿ ਮੈਂ ਉਹਨਾਂ ਦੀ ਵੈਬਸਾਈਟ ਦੇਖ ਰਿਹਾ, ਲਿਖਿਆ ਹੋਇਆ ਪ੍ਰੋਸੈਸ, ਦੱਸੋ ਕਿ ਤੁਸੀਂ ਕਿਸ ਤਰ੍ਹਾਂ ਪ੍ਰੋਸੈਸ ਲਿਆ? ਹਾਂਜੀ, ਜਿਹੜਾ ਤੁਸੀਂ ਲਿਖਿਆ ਇਹਦੇ ਵਿੱਚ ਦੋ ਤਰ੍ਹਾਂ ਦੇ, ਦੋ ਤਰੀਕੇ ਨੇ ਇਹਦੇ ਵਿੱਚ. ਇੱਕ ਹੈਗਾ ਕਿ ਜਾਂ ਤਾਂ ਤੁਸੀਂ ਇਹਨਾਂ ਦੇ ਕੋਲ ਜਾ ਕੇ ਸਟੱਡੀ ਕਰ ਸਕਦੇ ਹੋ, ਉਹਦੇ ਵਿੱਚ 2-3 ਸਾਲ ਦਾ ਸਟੱਡੀ ਪੀਰੀਅਡ ਹੈ ਇਹਨਾਂ ਦਾ ਆਪਣਾ, ਉਸ ਤੋਂ ਬਾਅਦ ਤੁਸੀਂ ਐਲੀਜੀਬਲ ਹੋਵੋਗੇ ਉਸ ਐਗਜ਼ਾਮ ਦੇ ਲਈ. ਬਟ ਇਹਦੇ ਵਿੱਚ ਕਿਹਾ ਹੈ ਕਿ ਜਰਨੀਮੈਨ ਸਰਟੀਫਿਕੇਸ਼ਨ ਚੈਲੰਜ ਹੈ, ਚੈਲੰਜ ਆਪਸ਼ਨ ਹੈ ਇਹਦੇ ਵਿੱਚ. ਠੀਕ ਹੈ, ਕਿ ਤੁਸੀਂ ਉਹਨੂੰ ਚੈਲੰਜ ਕਰ ਸਕਦੇ ਐਗਜ਼ਾਮ ਨੂੰ, ਬਟ ਉਹਦੀ ਸ਼ਰਤ ਕੀ ਹੈ ਕਿ ਤੁਹਾਡੇ ਕੋਲ ਸਫੀਸ਼ੀਐਂਟ ਐਕਸਪੀਰੀਅੰਸ ਹੋਣਾ ਚਾਹੀਦਾ ਇਨ ਹੈਂਡ. ਅੱਛਾ, ਪਹਿਲਾਂ ਇਹ ਦੱਸੋ ਕਿ ਤੁਹਾਡਾ ਟ੍ਰੇਡ ਕੀ ਹੈ? ਆਟੋਮੋਟਿਵ ਮਕੈਨਿਕ, ਆਟੋਮੋਟਿਵ ਟੈਕਨੀਸ਼ੀਅਨ? ਆਟੋਮੋਟਿਵ ਸਰਵਿਸ ਟੈਕਨੀਸ਼ੀਅਨ ਹੈ ਜੀ, ਐਨਓਸੀ ਕੋਡ ਹੈ 7321. ਅੱਛਾ, ਤੇ ਕਿੰਨਾ ਕੁ ਐਕਸਪੀਰੀਅੰਸ ਚਾਹੀਦਾ ਇਹਦੇ ਵਿੱਚ? ਮਿਨੀਮਮ ਐਕਸਪੀਰੀਅੰਸ ਕਿੰਨਾ ਇੱਕ ਮੰਗਦੇ ਹੋ? ਇਸ ਸਾਲ 11000 ਘੰਟੇ ਮੰਗਦੇ ਨੇ ਜੀ. ਓਕੇ, ਸੋ ਕਿੰਨੇ ਸਾਲ ਹੋ ਗਏ? 6 ਇਅਰਸ, 5 ਸਾਲ ਦੇ ਵਿੱਚ ਕੰਪਲੀਟ ਹੋ ਜਾਂਦਾ ਜਿਹੜਾ, 3 ਟੂ 5 ਇਅਰਸ. ਅੱਛਾ, ਠੀਕ ਹੈ, 5 ਇਅਰਸ. ਹਾਂਜੀ, ਮੇਰੇ 16 ਸਾਲ ਦਾ ਐਕਸਪੀਰੀਅੰਸ ਸੀ ਤੇ ਆਲਰੇਡੀ ਬਣ ਗਿਆ ਸੀ. ਠੀਕ ਹੈ, ਸੋ ਤੁਸੀਂ ਇਹ ਐਪਲੀਕੇਸ਼ਨ ਵਾਰਾ ਸਰ ਆਨਲਾਈਨ ਕੀਤਾ ਉਹਨਾਂ ਨੂੰ? ਆਨਲਾਈਨ ਤੁਸੀਂ ਡਾਕੂਮੈਂਟ ਜਮ੍ਹਾਂ ਕੀਤੇ ਆਪਣੇ ਡਾਕੂਮੈਂਟ ਐਕਸਪੀਰੀਅੰਸ ਵਾਰਾ? ਨਹੀਂ ਸਰ, ਆਨਲਾਈਨ ਹੀ, ਆਫਲਾਈਨ ਹੀ ਜਾਣਗੇ, ਡਾਕੂਮੈਂਟ ਆਨਲਾਈਨ ਹੀ ਲੈਂਦੇ ਹੈਗੇ ਉਹ, ਕਿਉਂਕਿ ਉਹਦੇ ਵਿੱਚ ਤੁਹਾਡੇ ਐਕਸਪੀਰੀਅੰਸ ਸਰਟੀਫਿਕੇਟ ਜਿਹੜੇ ਹਨਗੇ ਓਰੀਜਨਲ ਜਾਣਗੇ, ਓਰੀਜਨਲ ਮੰਗਦੇ ਨੇ ਉਹ ਇੰਪਲੋਇਰ ਤੋਂ ਜਿਹੜੇ ਮਿਲਦੇ ਨੇ ਤੁਹਾਨੂੰ. ਅੱਛਾ, ਉਹ ਸਾਰਾ ਇੱਕ ਫਾਈਲ, ਜਿੰਨੇ ਵੀ ਫਾਰਮ ਨੇ, ਫਾਰਮ 6, ਫਾਰਮ 6A, ਫਾਰਮ 7, ਇਹ ਸਾਰੇ ਫਾਰਮ ਨੇ ਇਹਦੇ ਵਿੱਚ. ਠੀਕ ਹੈ, ਹਾਂ ਹਾਂ, ਮੈਂ ਦੇਖ ਰਿਹਾ ਸਕਰੀਨ ਤੇ, ਦੇਖ ਰਿਹਾ ਸਾਰੇ ਫਾਰਮ ਦਿੱਤੇ ਹੋਏ. ਪਰ ਮੈਨੂੰ ਇਹ ਦੱਸੋ ਕਿ ਤੁਹਾਡਾ ਐਕਸਪੀਰੀਅੰਸ ਫਿਰ ਉਹਨਾਂ ਨੇ ਵੈਰੀਫਾਈ ਕਿਸ ਤਰ੍ਹਾਂ ਕੀਤਾ? ਕਿਸ ਤਰ੍ਹਾਂ ਉਹਨਾਂ ਨੇ ਤੁਹਾਡੇ ਇੰਪਲੋਈ ਨੂੰ ਕੰਟੈਕਟ ਕਰਕੇ ਵੈਰੀਫਾਈ ਕਰਦੇ, ਕਿਸ ਤਰ੍ਹਾਂ ਕਰਦੇ? ਹਾਂਜੀ ਹਾਂਜੀ, ਕਾਲ ਕਰਕੇ ਵੈਰੀਫਾਈ ਕਰਦੇ ਨੇ. ਮੇਰੇ ਵਰਕਸ਼ਾਪ ਦੇ ਵਿੱਚ ਕਾਲ ਆਈ ਸੀਗੀ, ਵਰਕਸ਼ਾਪ ਦੇ ਵਿੱਚ ਮੇਰੇ ਕੋਲ ਪਹਿਲਾਂ ਉਹ ਨਹੀਂ ਸੀ ਹੈਗਾ ਜੀ, ਲੈਂਡਲਾਈਨ ਨੰਬਰ ਨਹੀਂ ਸੀ ਹੈਗਾ, ਕਿਉਂਕਿ ਮੈਨੂੂੰ ਪਤਾ ਸੀ ਇਹ ਲੈਂਡਲਾਈਨ ਦੇ ਕਾਲ ਕਰਨਗੇ, ਕਿਉਂਕਿ ਮੈਂ ਅਲਬਰਟਾ ਦੇ ਵਿੱਚੋਂ ਵੀ ਆਪਣੀ ਅਪਰੂਵ ਕਰਵਾਈ ਹੋਈ ਸੀਗੀ 2011 ਦੇ ਵਿੱਚ. ਅੱਛਾ ਅੱਛਾ ਅੱਛਾ, ਅਲਬਰਟਾ ਦੇ ਵਿੱਚ ਜਿਹੜੀ ਉਹਦੀ ਬਾਡੀ ਹੈ, ਟ੍ਰੇਡ ਸੈਕਰੇਟਰੀ ਜਿਹੜੀ ਬਾਡੀ ਉਹਨਾਂ ਦੀ, ਉਸ ਤੋਂ ਵੀ ਮੈਨੂੰ ਲੈਟਰ ਆਏ ਸੀਗੇ ਅਪਰੂਵਲ ਕਿ ਤੁਹਾਡਾ ਐਗਜ਼ਾਮ ਤੁਸੀਂ ਦੇ ਸਕਦੇ ਹੋ ਆ ਕੇ. ਤੇ ਉਸ ਟਾਈਮ ਵੀ ਉਹਨਾਂ ਨੇ ਮੈਨੂੰ, ਮੇਰੇ ਕਾਲ ਜਿਹੜੇ ਮੇਰੇ ਸੁਪਰਵਾਈਜ਼ਰ ਸੀਗੇ, ਇਮੀਜੀਏਟ ਸੁਪਰਵਾਈਜ਼ਰ, ਇਮੀਜੀਏਟ ਜਨਰਲ ਮੈਨੇਜਰ, ਮੈਨੇਜਰ ਸੀ, ਕਿ ਉਹਨਾਂ ਨੇ ਮੇਰਾ ਵਰਕ ਐਕਸਪੀਰੀਅੰਸ ਵੈਰੀਫਾਈ ਕੀਤਾ ਸੀ ਕਿ ਲੜਕਾ ਤੁਹਾਡੇ ਕੋਲ ਕੰਮ ਕਰ ਰਿਹਾ, ਕਿੰਨੇ ਚਿਰ ਤੋਂ ਕਰ ਰਿਹਾ, ਨਹੀਂ ਜੋ ਵੀ ਹੈ, ਵਟ ਐਵਰ, ਮੇਰੀ ਸੈਲਰੀ ਸਲਿੱਪ ਉਹਨਾਂ ਨੇ ਦੇਖਿਆ ਸੀ. ਜਦ ਕਾਲ ਆਈ ਹੈ, ਕਿੰਨੇ ਵਜੇ ਆਈ ਹੈ ਇੰਡੀਆ ਟਾਈਮ, ਕਿੰਨੇ ਵਜੇ ਕਾਲ ਕੀਤੀ ਉਹਨਾਂ ਨੇ? ਸਰ ਜਿਹੜੀ ਕਾਲ ਆਈ ਸੀਗੀ ਉਹ ਚੇਨਈ ਤੋਂ ਆਈ ਸੀ ਜੀ. ਉਹ ਬੰਦਾ ਹਿੰਦੀ ਬੋਲਦਾ ਸੀ ਜੀ ਉਹ. ਅੱਛਾ ਅੱਛਾ, ਸਾਡੇ ਵੱਲੋਂ ਕਾਲ ਆਈ ਸੀ 12:30. ਅੱਛਾ, ਉਹਨਾਂ ਦੀ ਸਾਈਟ ਤੇ ਵੀ ਲਿਖਿਆ ਹੋਇਆ ਹੈ ਕਿ ਐਕਸਟਰਨਲ ਏਜੰਸੀ ਨੂੰ ਦਿੱਤਾ, ਏਜੰਸੀ ਵੈਰੀਫਾਈ ਕਰੂਗੀ ਤੁਹਾਡਾ. ਅੱਛਾ, ਕਿਸੇ ਸੈਪਰੇਟ ਏਜੰਸੀ ਨੂੰ ਦਿੱਤਾ ਕਿ ਤੁਸੀਂ ਵੈਰੀਫਾਈ ਕਰੋ ਜਾ ਕੇ ਉਹਨਾਂ ਨੂੰ? ਹਾਂਜੀ ਹਾਂਜੀ. ਅੱਛਾ, ਤੇ ਦੂਸਰਾ ਆਪਣਾ, ਤੁਹਾਡੇ ਸੁਪਰਵਾਈਜ਼ਰ ਪਹਿਲਾਂ ਹੀ ਮੈਂਟਲੀ ਤਿਆਰ ਸੀ ਕਿ ਵੀ ਕਾਲ ਆਏਗੀ, ਤੁਸੀਂ ਦੱਸਿਆ ਉਹਨਾਂ ਕਿ ਕਾਲ ਆਏਗੀ ਵੈਰੀਫਾਈ ਕਰਨਾ? ਮੈਂ ਜਦੋਂ ਐਕਸਪੀਰੀਅੰਸ ਸਰਟੀਫਿਕੇਟ ਸਾਈਨ ਕਰਾਇਆ ਸੀ ਤੇ ਮੈਂ ਉਹਨੂੰ ਦੱਸਿਆ ਸੀ ਕਿ ਮੈਨੂੰ ਕਾਲ ਆਏਗੀ, ਤੇ ਜਦੋਂ ਵੀ ਕਾਲ ਆਈ ਤੁਸੀਂ ਮੇਰਾ ਧਿਆਨ ਰੱਖਿਓ. ਉਹਨਾਂ ਸਮਝਾਇਆ ਸੀ ਵੀ ਉਹਨਾਂ ਪਹਿਲਾਂ ਆਪਣਾ ਐਕਸਪੀਰੀਅੰਸ ਸਰਟੀਫਿਕੇਟ ਸਾਰਾ ਸ਼ੋਅ ਕਰ ਦਿੱਤਾ ਸੀਗਾ ਵੀ ਇੰਨਾ ਮੇਰਾ ਐਕਸਪੀਰੀਅੰਸ ਹੈ, ਤੁਸੀਂ ਉਸ ਨਾਲ ਹੀ ਕਾਲ ਕਰਨੀ ਹੈ, ਉਹਨਾਂ ਨਾਲ ਗੱਲ ਕਰਨੀ ਹੈ. ਅੱਛਾ ਅੱਛਾ, ਤੇ ਇਹ ਤਾਂ ਤੁਸੀਂ ਇੱਕ ਵੱਡੀ ਕੰਪਨੀ 'ਚ ਕੰਮ ਕਰ ਰਹੇ ਹੋ. ਮੈਂ ਸੋਚਦਾ ਕਿ ਜਿਹੜੇ ਲੋਕ ਟ੍ਰੇਡ ਦਾ ਕੰਮ ਕਰਨਾ ਹੈ, ਛੋਟੀ ਛੋਟੀ ਕੰਪਨੀਆਂ ਦੇ ਕੰਮ ਕਰਨਾ ਹੈ, ਛੋਟੇ ਛੋਟੇ ਦੁਕਾਨਾਂ 'ਚ ਕੰਮ ਕਰ ਰਹੇ, ਉਹ ਕਿੱਦਾਂ ਵੈਰੀਫਾਈ, ਉਹਨਾਂ ਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਵੈਰੀਫਾਈ ਕਰਨ 'ਚ? ਇਹ ਤਾਂ ਹੁਣ ਮੈਂ ਵੱਡੀ ਕੰਪਨੀ 'ਚ ਹੋਣ ਲੱਗਿਆ ਜੀ 2017 ਤੋਂ, 2017 ਤੋਂ, ਬਟ ਉਸ ਤੋਂ ਪਹਿਲਾਂ ਮੇਰਾ 2004 ਦਾ ਸਾਰਾ ਐਕਸਪੀਰੀਅੰਸ ਮੇਰਾ ਵਰਕਸ਼ਾਪ ਦਾ ਹੀ ਹੈ. ਤੇ ਉਹਨਾਂ ਨੇ ਵਰਕਸ਼ਾਪ ਦੇ ਵਿੱਚ ਕਾਲ ਕੀਤੀ ਸੀ. ਹਾਂ, ਵਰਕਸ਼ਾਪ ਦੇ ਵਿੱਚ ਕਾਲ ਆਈ ਸੀ, ਪ੍ਰਾਈਵੇਟ ਵਰਕਸ਼ਾਪ ਸੀ, ਉੱਥੇ ਲੈਂਡਲਾਈਨ ਫੋਨ ਨਹੀਂ ਸੀ ਹੈਗਾ. ਫਿਰ ਮੈਂ ਆਪਣੀ ਉਹਨੂੰ ਆਨਰ ਨੂੰ ਕਿਹਾ ਵੀ ਤੁਸੀਂ ਲੈਂਡਲਾਈਨ ਫੋਨ ਲਗਾਓ, ਕਿਉਂਕਿ ਉਹ ਫੋਨ ਜਦੋਂ ਵੀ ਕਰਨਗੇ ਲੈਂਡਲਾਈਨ ਤੇ ਹੀ ਕਰਨਗੇ. ਮੈਨੂੰ ਉਮੀਦ ਸੀ ਕਿ ਲੈਂਡਲਾਈਨ ਤੇ ਹੀ ਸ਼ਾਇਦ ਕਰਨਾ ਹੋਊ. ਦੈਟਸ ਰਾਈਟ,
ਦੋਸਤੋ ਸਾਰਾ ਇਹ ਆਪਾਂ ਸਕਰੀਨ ਤੇ ਦਿਖਾ ਰਹੇ ਹਾਂ, ਸਾਰਾ ਦਿੱਤਾ ਹੋਇਆ ਕੁਆਲੀਫਾਇਰ ਐਪਲੀਕੇਸ਼ਨ ਪ੍ਰੋਸੈਸ, ਗੱਲ ਇਹਨਾਂ ਦੀ ਠੀਕ ਹੈ ਕਿ ਤੁਸੀਂ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਉਹਨਾਂ ਨੂੰ ਤਸੱਲੀ ਕਰਵਾਉਣੀ ਹੈ ਕਿ ਤੁਹਾਡੇ ਕੋਲ ਐਕਸਪੀਰੀਅੰਸ ਹੈ, ਐਕਸਪੀਰੀਅੰਸ ਨੂੰ ਲੈ ਕੇ ਜਦੋਂ ਸੈਟਿਸਫਾਈਡ ਹੁੰਦੇ ਹੈ ਤੇ ਫਿਰ ਉਹਨਾਂ ਨੇ ਤੁਹਾਨੂੰ ਫਿਰ ਅਗਲੇ ਸਟੈਪ ਹੈ ਮੇਰੇ ਖਿਆਲ ਤੁਹਾਨੂੰ ਤੁਹਾਨੂੰ ਉਹਨਾਂ ਨੇ ਚਿੱਠੀ ਦਿੱਤੀ ਉਹਨੇ ਕਿ ਵੀ ਵੀ ਆਰ ਸੈਟਿਸਫਾਈਡ, ਤੁਸੀਂ ਆਪਣਾ ਇੱਕ ਟੈਸਟ ਲੈਣ ਦੀ ਇੱਕ ਡੇਟ ਸਕੇਜੂਲ ਕਰੋ, ਕਰੈਕਟ? ਹਾਂਜੀ ਹਾਂਜੀ, ਉਹਨਾਂ ਨੇ ਮੈਨੂੰ ਅਪਰੂਵਲ, ਉਹਦੇ ਚ ਦੋ ਆਪਸ਼ਨ ਹੁੰਦੇ ਨੇ, ਇੱਕ ਅਪਰੂਵਲ ਹੈ ਇੱਕ ਨਾਟ ਅਪਰੂਵਡ, ਬਸ ਅਪਰੂਵਡ ਲਿਖਿਆ ਗਿਆ ਸੀਗਾ ਕਿ ਯੂਅਰ ਐਕਸਪੀਰੀਅੰਸ ਯੂਅਰ ਐਕਸਪੀਰੀਅੰਸ ਹੈਜ਼ ਬੀਨ ਵੈਰੀਫਾਈਡ ਐਂਡ ਯੂ ਹੈਵ ਬੀਨ ਅਪਰੂਵਡ ਟੂ ਰਾਈਟ ਦਾ ਐਗਜ਼ਾਮ ਇਨ ਸਸਕੈਚੁਆਨ। ਠੀਕ ਹੈ ਠੀਕ ਹੈ, ਇਹਦਾ ਖਰਚਾ ਕਿੰਨਾ ਆਇਆ? ਇਹਨੇ ਸਰ $320 ਲੱਗੇ, $320 ਮੈਂ ਭੇਜੇ ਸੀ ਜੀ। ਅੱਛਾ ਅੱਛਾ, ਨਾਨ ਰਿਫੰਡੇਬਲ, ਨਾਨ ਰਿਫੰਡੇਬਲ ਸੀ ਗਿਆ ਜੀ 300, ਹੁਣ ਮੈਂ ਕਹਾ ਗਿਆ ਕਿ ਜੇ 350-400 ਹੋ ਗਏ। ਠੀਕ ਹੈ, ਸੋ ਇੱਕ ਵਾਰ ਉਹਨਾਂ ਨੇ ਤੁਹਾਨੂੰ ਅਗਰ ਡੇਟ ਦਿੱਤੀ ਹੈ ਤੇ ਫਿਰ ਉਹ ਤੁਹਾਨੂੰ ਇਹ ਤੁਹਾਨੂੰ ਨਾਰਮਲੀ ਪੁੱਛਦੇ ਹੋਣਗੇ ਕਿ ਵੀ ਤੁਹਾਡੇ ਕੋਲ ਵੀਜ਼ਾ ਹੈ ਕਿ ਨਹੀਂ, ਤੁਸੀਂ ਇੰਟਰਵਿਊ ਕਿਸ ਮਤਲਬ ਆ ਕੇ ਟੈਸਟ ਕਿੱਦਾਂ ਦਿਓਗੇ, ਇਹ ਨਹੀਂ ਪੁੱਛਦੇ? ਨਹੀਂ ਸਰ, ਇਹ ਨਹੀਂ ਪੁੱਛਦੇ ਹੈਗੇ ਐਕਚੁਅਲੀ। ਜਿਹੜੀ ਸਸਕੈਚੁਆਨ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਅਲਬਰਟਾ ਤੋਂ ਮੈਨੂੰ ਲੈਟਰ ਅਪਰੂਵ ਹੋਈ ਸੀਗੀ ਜਾਂ ਓਨਟਾਰੀਓ ਤੋਂ, ਅਲਬਰਟਾ ਤੋਂ ਜਾਂ ਆਪਣੀ ਕਿਸੇ ਹੋਰ ਪ੍ਰੋਵਿੰਸ ਤੋਂ, ਉਹਨਾਂ ਦੀ ਸਿਰਫ 1 ਸਾਲ ਦੀ ਵੈਲਿਡਿਟੀ ਹੈ ਲੈਟਰ ਦੀ ਜਦੋਂ ਉਹਨਾਂ ਨੇ। ਅੱਛਾ, ਸਸਕੈਚੁਆਨ ਦੇ ਵਿੱਚ ਕੋਈ ਵੈਲਿਡਿਟੀ ਨਹੀਂ ਹੈ ਕਿਉਂਕਿ ਹੁਣ ਮੈਨੂੰ 2 ਸਾਲ ਹੋ ਚੁੱਕੇ ਨੇ ਅਪਰੂਵ ਕਰਵਾਈ ਨੂੰ ਮੇਰੀ ਲੈਟਰ ਨੂੰ, ਮਾਰਚ 2018 ਨੂੰ ਹੋਈ ਸੀਗੀ ਅਪਰੂਵ, ਤੱਕ ਹੁਣ 20 ਹੋ ਗਿਆ ਜੀ। ਅੱਛਾ, ਹਜੇ ਵੀ ਉਹ ਵੈਲਿਡ ਹੈ, ਹਜੇ ਮੈਂ ਐਗਜ਼ਾਮ ਬੁੱਕ ਕਰਵਾ ਸਕਦਾ ਹਾਂ, ਰੀਸ਼ਡਿਊਲ ਕਰਵਾ ਸਕਦਾ। ਅੱਛਾ, ਰੈੱਡ ਸੀਲ ਦਾ ਤਾਂ ਤੁਸੀਂ ਐਗਜ਼ਾਮ ਪਾਸ ਕਰੋਗੇ ਤੇ ਪਹਿਲਾਂ ਤੇ ਇਹ ਦੇਖੋ, ਇਹ ਮੈਨੂੰ ਦੱਸੋ ਕਿ ਐਗਜ਼ਾਮੀਨੇਸ਼ਨ ਤੁਸੀਂ ਚੈੱਕ ਕਰ ਲਿਆ ਕਿ ਵੀ ਰਿਟਨ ਟੈਸਟ ਹੈ ਕਿ ਪ੍ਰੈਕਟੀਕਲ ਵੀ ਹੈ? ਸਰ ਰਿਟਨ ਟੈਸਟ ਹੈ ਜੀ, ਪ੍ਰੈਕਟੀਕਲ ਕੁਝ ਨਹੀਂ ਹੋਣਗੇ। ਹਾਂਜੀ ਹਾਂਜੀ, ਪ੍ਰੈਕਟੀਕਲ ਪ੍ਰੈਕਟੀਕਲ ਕੁਝ ਨਹੀਂ, ਕੁਝ ਪ੍ਰੈਕਟੀਕਲ ਕੁਝ ਸਰਵੇ ਟੈਕਨੀਸ਼ੀਅਨ ਦੇ ਟ੍ਰੇਨਡ ਵਿੱਚ ਪ੍ਰੈਕਟੀਕਲ ਨਹੀਂ ਹੈ, ਲੇਕਿਨ ਜਿਹੜਾ ਅਲਬਰਟਾ ਹੈ ਉਹਦੇ ਵਿੱਚ ਪ੍ਰੈਕਟੀਕਲ ਵੀ ਹੈਗਾ। ਅਗਰ ਇੱਕ ਵਾਰ ਰੈੱਡ ਸੀ ਤੁਹਾਨੂੰ ਜੋ ਤੁਸੀਂ ਟੈਸਟ ਦੋਗੇ, ਜਰਨੀਮੈਨ ਦਾ ਟੈਸਟ ਦਿਓਗੇ, ਉਹਦੇ ਬਾਅਦ ਫਿਰ ਤੁਹਾਨੂੰ ਕਿੰਨਾ ਟਾਈਮ ਬਾਅਦ ਉਹ ਦੱਸਣਗੇ ਕਿ ਪਾਸ ਹੋ ਗਏ ਉਹ ਫੇਲ ਹੋ ਗਏ? 4 weeks ਦੇ ਟਾਈਮ ਦੇ ਬਾਅਦ ਤੁਹਾਨੂੰ ਉਹਨਾਂ ਨੇ ਦੱਸ ਦੇਣਾ ਯੈਸ ਔਰ ਨੋ। ਅਗਰ ਜੇ ਤੇ ਪਾਸ ਹੋ ਗਏ, ਇਮੀਡੀਏਟਲੀ ਤੁਹਾਡੇ ਜਿਹੜੇ SINP ਦੇ ਪ੍ਰੋਫਾਈਲ ਵਿੱਚ ਨੰਬਰ ਐਡ ਹੋ ਜਾਣਗੇ। ਹਾਂਜੀ ਹਾਂਜੀ, ਉਹ 6 ਨੰਬਰ ਐਡ ਹੋ ਜਾਣਗੇ ਜੀ। ਦੈਟਸ ਰਾਈਟ। ਦੂਸਰਾ ਐਡਵਾਂਟੇਜ ਇਹ ਵੀ ਹੈ ਕਿ ਜਦ ਤੁਸੀਂ ਅਗਰ ਇੱਕ ਜਰਨੀਮੈਨ ਕੁਆਲੀਫਾਈਡ ਬਣ ਗਏ ਤੇ ਕਿਸੇ ਨੇ ਵੀ ਅਗਰ ਤੁਹਾਨੂੰ ਹਾਇਰ ਕਰਨਾ, ਕਿਸੇ ਇੰਪਲੋਇਰ ਨੇ ਹਾਇਰ ਕਰਨਾ ਹੈ ਤੇ ਉਹ ਤੁਹਾਨੂੰ ਹਾਇਰ ਕਰ ਸਕਦਾ ਹੈ, ਭਾਵੇਂ ਉਹਨਾਂ ਕੋਲ LMI ਹੈ। ਇਨਫੈਕਟ ਆਈ ਥਿੰਕ ਨਾਓਡੇਜ਼ ਦੇ ਨੀਡ LMI, ਪਰ ਪਹਿਲਾਂ ਹੁੰਦਾ ਸੀ ਅਲਬਰਟਾ 'ਚ ਹੁੰਦਾ ਸੀ ਕਿ ਵੀ LMI ਦੀ ਲੋੜ ਨਹੀਂ ਹੁੰਦੀ ਸੀ, ਅੱਜ ਕੱਲ੍ਹ ਮੇਰੇ ਖਿਆਲ ਦੇ ਨੀਡ LMI ਹੈ, ਪਰ ਐਟ ਦ ਲੀਸਟ ਕਿ ਤੁਹਾਨੂੰ ਉਹ ਜੋਬ ਦੇ ਸਕਦੇ, ਕਿਉਂਕਿ ਪਹਿਲਾਂ ਜੇ ਅਗਰ ਤੁਸੀਂ ਰੈੱਡ ਸੀਲ ਨਹੀਂ ਪਾਸ ਕਰਦੇ ਤੇ ਰੈੱਡ ਸੀਲ ਦੇ ਬਗੈਰ ਉਹ ਤੁਹਾਨੂੰ ਹਾਇਰ ਹੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਕੁਆਲੀਫਾਈਡ ਵੀ ਹੋ ਕੰਮ ਕਰਨ ਲਈ ਕਿ ਨਹੀਂ। ਸਰ ਐਜ਼ ਯੂ ਨੋ ਸਰ, ਆਪਾਂ ਲਾਸਟ 3-4 ਮਹੀਨੇ ਪਹਿਲਾਂ ਮੇਰੀ ਗੱਲ ਹੋਈ ਸੀਗੀ ਅਲਬਰਟਾ ਵਿੱਚ ਕੈਨੇਡਾ ਦੇ ਵਿੱਚ ਇੰਪਲੋਇਰ ਦੇ ਨਾਲ, ਉਹਨੇ ਮੇਰਾ ਇੰਟਰਵਿਊ ਵਗੈਰਾ ਲੈ ਲਿਆ ਸੀ, ਬਟ ਗੱਲ ਕਿੱਥੇ ਆ ਕੇ ਰੁਕ ਗਈ, ਰੈੱਡ ਐਗਜ਼ਾਮ ਤੇ ਆ ਕੇ। ਇਸ ਕੰਦਰ ਵਿੱਚ ਸਰਟੀਫਿਕੇਟ ਚਾਹੀਦਾ ਪਹਿਲਾਂ, ਉਸ ਤੋਂ ਬਾਅਦ ਹੀ ਅਸੀਂ ਤੁਹਾਡੇ ਨਾਲ ਇੰਟਰਟੇਨ ਕਰਾਂਗੇ। ਨਾ ਵੀ ਵੈਰੀ ਯੂਅਰ ਐਕਸਪੀਰੀਅੰਸ ਇਜ਼ ਗੁੱਡ, ਨੋ ਪ੍ਰੋਬਲਮ, ਵੀ ਡੋਨਟ ਹੈਵ ਐਨੀ ਇਸ਼ੂ ਟੂ ਕਮ ਇਨ ਕੈਨੇਡਾ, ਬਟ ਵੀ ਨੀਡ ਐਟ ਲੀਸਟ ਦੀ ਸਰਟੀਫਿਕੇਟ। ਜਰਨੀਮੈਨ ਸਰਟੀਫਿਕੇਟ ਜਾਂ ਜਿਹਨੂੰ ਰੈੱਡ ਸੀ, ਐਕਚੁਅਲੀ ਜਰਨੀਮੈਨ ਹੁੰਦਾ ਪਹਿਲਾਂ, ਯੂ ਬਿਕਮ ਅ ਜਰਨੀਮੈਨ ਇਨ ਦ ਪ੍ਰੋਵਿੰਸ। ਅਗਰ ਜੇ ਤੁਸੀਂ ਇੰਟਰ ਪ੍ਰੋਵਿੰਸ, ਅਗਰ ਤੁਸੀਂ ਮੋਬਿਲਟੀ ਕਰਨੀ ਹੈ, ਅਗਰ ਦੂਸਰੇ ਪ੍ਰੋਵਿੰਸ ਜੰਪ ਕਰਨਾ ਹੈ, ਤੇ ਤੁਹਾਨੂੰ ਰੈੱਡ ਸੀਲ ਦਾ ਇੱਕ ਆਲ ਓਵਰ ਕੈਨੇਡਾ ਇੱਕ ਕਾਮਨ ਉਹਦਾ ਇੱਕ ਡੈਸਟੀਨੇਸ਼ਨ, ਦੈਟਸ ਕਾਲਡ ਰੈੱਡ ਸੀਲ। ਸੋ ਇਹਦੀ ਬਹੁਤ ਵੈਲਿਊ ਹੈ, ਸਪੈਸ਼ਲੀ ਜਿਹੜੇ ਟ੍ਰੇਡ ਦੇ ਲੋਕ ਨੇ। ਇਨਫੈਕਟ ਟ੍ਰੇਡ ਦੀ ਲਿਸਟ ਦਿੱਤੀ ਹੋਈ ਹੈ ਵੈਬਸਾਈਟਾਂ ਤੇ, ਪਰ ਬੇਸਿਕਲੀ ਕਾਰਪੈਂਟਰ ਹੈ, ਆਟੋਮੋਟਿਵ ਮਕੈਨਿਕ ਹੈ, ਈਵਨ ਕਰੇਨ ਆਪਰੇਟਰ ਹੈ, ਰੈਫਰੀਜਰੇਸ਼ਨ, ਏਅਰ ਕੰਡੀਸ਼ਨਿੰਗ, ਸ਼ੀਟ ਮੈਟਲ ਵਰਕਰ ਹੈ, ਪਲੰਬਰ ਹੈ, ਫਿਟਰ ਹੈ, ਇਹ ਸਾਰੇ ਲਈ ਐਕਸਪ੍ਰੈਸ ਐਂਟਰੀ ਇਜ਼ ਅ ਵੇ ਟੂ ਗੋ ਫਾਰਵਰਡ। ਲੇਕਿਨ ਐਕਸਪ੍ਰੈਸ ਐਂਟਰੀ ਦੀ ਪ੍ਰੋਬਲਮ ਹੈ ਕਿ ਤੁਹਾਨੂੰ ਜੋਬ ਆਫਰ ਚਾਹੀਦਾ ਜਾਂ ਤੁਹਾਨੂੰ ਜਰਨੀਮੈਨ ਚਾਹੀਦਾ। ਸੋ ਜਰਨੀਮੈਨ ਅਗਰ ਜੇ ਤੁਸੀਂ ਕਰ ਲਿਆ, ਡੈਟ ਮੀਨਸ ਕਿ ਨਾ ਕੇਵਲ ਤੁਸੀਂ PNP ਵਿੱਚ ਕੁਆਲੀਫਾਈ ਕਰੋਗੇ, ਬਟ ਆਲਸੋ ਯੂ ਕੈਨ ਡਾਇਰੈਕਟਲੀ, ਜੇ ਤੁਹਾਡੇ ਪੁਆਇੰਟਸ ਬਣਦੇ ਆ, ਡਾਇਰੈਕਟਲੀ ਯੂ ਕੈਨ ਐਂਟਰ ਐਕਸਪ੍ਰੈਸ ਐਂਟਰੀ ਥਰੂ ਫੈਡਰਲ ਸਕਿੱਲ ਟ੍ਰੇਡ ਕਲਾਸ। ਸੋ ਇਹ ਸਾਰੇ ਤੁਹਾਡੇ ਦਰਵਾਜ਼ੇ ਖੁੱਲ੍ਹ ਜਾਂਦੇ ਇਹਦੇ ਨਾਲ। ਮਤਲਬ ਦਿਸ ਇਜ਼ ਅ ਵੈਰੀ ਗੁੱਡ ਆਈਡੀਆ ਕਿ ਲੋਕਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਕਿ ਬਈ ਇਸ ਤਰ੍ਹਾਂ ਕਰੋ। ਬਾਕੀ ਮਤਲਬ ਐਗਜ਼ਾਮੀਨੇਸ਼ਨ ਤੁਸੀਂ ਪਾਸ ਕਰਨਾ ਹੈ, ਐਗਜ਼ਾਮੀਨੇਸ਼ਨ ਤੁਸੀਂ ਨਹੀਂ ਪਾਸ ਕਰ ਸਕੋਗੇ, ਦੇ ਦੇ ਇਜ਼ ਨਥਿੰਗ ਦੇ ਕੈਨ ਡੂ। ਸੋ ਉਹਦੇ ਮੇਰੇ ਖਿਆਲ ਟਿਊਟੋਰੀਅਲ ਤੁਸੀਂ ਦੱਸਿਆ, ਟਿਊਟੋਰੀਅਲ ਦਿੱਤੇ ਹੋਏ ਹੈ। ਸੋ ਟਿਊਟੋਰੀਅਲ ਤੁਸੀਂ ਕਰੋ, ਪ੍ਰੈਕਟਿਸ ਕਰੋ, ਜਿਹੜੇ ਆਲਰੇਡੀ ਜਿਸ ਤਰ੍ਹਾਂ ਤੁਸੀਂ ਆਲਰੇਡੀ ਕਨੈਕਟਿਡ ਹੋ ਲੋਕਾਂ ਨਾਲ ਇਨ ਕੈਨੇਡਾ, ਉਹਨਾਂ ਨੂੰ ਜਿਹੜੇ ਆਲਰੇਡੀ ਆਟੋਮੋਟਿਵ ਦਾ ਕੰਮ ਕਰ ਰਹੇ ਹੈ, ਉਹਨਾਂ ਨੂੰ ਪੁੱਛੋ ਕਿ ਵੀ ਕਿਹੜੇ ਕਿਹੜੇ ਮਤਲਬ ਹੋਰ ਵੀ ਕੋਈ ਗਾਈਡ ਬੁੱਕ ਹੈ
ਜਾਂ ਕੋਈ ਸਵਾਲ ਹੈ ਜਿਸ ਤਰ੍ਹਾਂ ਉਹ ਤੁਸੀਂ ਪ੍ਰੈਕਟਿਸ ਕਰੋ ਸੋ ਯੂ ਨੋ ਆਫ ਕੋਰਸ ਯੂ ਵਿਲ ਬੀ ਸਕਸੈਸਫੁਲ ਸਰ ਵੈਬਸਾਈਟ ਹੈਗੇ ਨੇ ਜਿਹੜੇ ਐਗਜ਼ਾਮ ਦੇ ਲਈ ਪ੍ਰੈਪਰੇਸ਼ਨ ਕਰਵਾਉਂਦੀਆਂ ਨੇ ਉਹ ਕੁਝ ਪੈਸੇ ਕੁਝ ਡਾਲਰ ਲੈਂਦੀਆਂ ਨੇ ਤੇ ਉਹ ਸਾਰਾ ਮਟੀਰੀਅਲ ਦੇ ਦਿੰਦੀਆਂ ਨੇ ਐਗਜ਼ਾਮ ਦੇ ਲਈ ਬਟ ਵੈਬਸਾਈਟ ਤੇ ਕੋਈ ਇਸ ਤਰ੍ਹਾਂ ਦਾ ਮਟੀਰੀਅਲ ਨਹੀਂ ਹੈਗਾ ਕੁਝ ਨਹੀਂ ਸਰ ਹੁਣ ਤੇ ਹੋ ਗਿਆ ਸਾਰਾ ਟੈਸਟ ਹੋ ਗਿਆ ਸਭ ਕੁਝ ਇਹ ਤੁਸੀਂ ਕਰ ਲਿਆ ਐਨਰੋਲ ਕਰ ਲਿਆ ਹੁਣ ਵੀਜ਼ੇ ਦੀ ਕੀ ਪ੍ਰੋਬਲਮ ਹੈ ਵੀਜ਼ਾ ਆਫੀਸਰ ਵੀਜ਼ਾ ਕਿਉਂ ਨਹੀਂ ਦਿੰਦੇ ਰੈੱਡ ਸੀਲ ਵਾਲੇ ਨੂੰ ਸਰ ਉਹਨਾਂ ਨੂੰ ਪਤਾ ਵੀ ਅਗਰ ਇੱਕ ਵਾਰੀ ਰੈੱਡ ਸੀਲ ਅਗਰ ਰੈੱਡ ਸੀਲ ਬੰਦੇ ਨੇ ਉੱਥੇ ਕ੍ਰੈਕ ਕਰ ਲਿਆ ਤਾਂ ਐਂਪਲੋਇਰ ਤਾਂ ਇਹਨਾਂ ਨੂੰ ਐਵੇਂ ਭੱਜ ਕੇ ਪੈਣਗੇ ਜੇ ਉੱਥੇ ਜਾ ਕੇ ਇਹਨੇ ਵਾਪਸ ਨਹੀਂ ਮਿਲਣਾ ਬੰਦੇ ਨੇ ਇਸ ਕਰਕੇ ਉਹ ਸੈਟੀਸਫਾਈ ਨਹੀਂ ਹੁੰਦੇ ਕਿ ਬਈ ਇਹਨੂੰ ਵੀਜ਼ਾ ਦੇਣਾ ਹੀ ਦੇਣਾ ਕਿਉਂਕਿ ਇੱਕ ਵਾਰ ਬੰਦਾ ਐਂਟਰ ਕਰ ਗਿਆ ਤੇ ਪਤਾ ਨਹੀਂ ਉਹਨੇ ਮੁੜਨਾ ਨਹੀਂ ਮੁੜਨਾ ਕਿਉਂਕਿ ਇੱਥੇ ਵੀ ਕਈ ਰਿਕਰੂਟਰ ਕਈ ਇਮੀਗ੍ਰੇਸ਼ਨ ਕੰਸਲਟੈਂਟ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਬਿਜ਼ਨਸ ਕੰਸਲਟੈਂਟ ਬੈਠੇ ਆ ਉਹ ਕਹਿੰਦੇ ਬੰਦਾ ਆਏ ਤੇ ਸਹੀ ਉਹਨੂੰ ਆਪਾਂ ਕੋਈ ਨਾ ਕੋਈ ਮੇਰਾ ਇੱਕ ਫਰੈਂਡ ਸੀ ਵਿੱਚ ਮੇਰੀ ਅੱਜ ਹੀ ਗੱਲ ਹੋਈ ਸੀ ਮਾਰਨਿੰਗ ਉਹਦੇ ਨਾਲ ਅਗਰ ਰੈੱਡ ਸੀਲ ਤੁਹਾਡੇ ਕੋਲ ਐਗਜ਼ਾਮ ਹੈ ਤਾਂ ਉੱਥੇ ਦੀ ਇੰਪਲੋਇਰ ਦੀ ਕ੍ਰੈਡੀਬਿਲਿਟੀ ਵੀ ਵੱਧਦੀ ਹੈ ਗਵਰਨਮੈਂਟ ਦੇ ਲਈ ਗਵਰਨਮੈਂਟ ਦੇਖਦੇ ਕਿ ਅੱਛਾ ਇਸ ਇੰਪਲੋਇਰ ਦੇ ਕੋਲ ਸਾਰੇ ਜਿੰਨੇ ਵੀ ਵਰਕਰ ਨੇ ਸਾਰੇ ਟ੍ਰੇਡ ਦੇ ਵਰਕਰ ਨੇ ਟ੍ਰੇਡ ਪਰਸਨ ਨੇ ਸਾਰੇ ਤੇ ਇੰਪਲੋਇਰ ਦੀ ਕ੍ਰੈਡੀਬਿਲਿਟੀ ਵੀ ਹਾਈ ਹੁੰਦੀ ਹੈ ਜੀ ਤੇ ਬਾਕੀ ਸੈਲਰੀ ਦਾ ਡਿਫਰੈਂਟ ਹੈ ਹੀ ਹੈ ਜਿਹਦੇ ਵਿੱਚ ਇੱਕ ਤੇ ਰੈੱਡ ਸੀਲ ਦਾ ਐਗਜ਼ਾਮੀਨੇਸ਼ਨ ਪਾਸ ਕਰਨਾ ਤੇ ਦੂਸਰਾ ਇੱਕ ਵੀਜ਼ਾ ਆਈ ਮੀਨ ਆਫ ਕੋਰਸ ਯੂ ਗਾਟ ਟੂ ਹੈਵ ਦ ਵੀਜ਼ਾ ਵੀਜ਼ਾ ਲੈ ਕੇ ਪਹਿਲਾਂ ਵੀਜ਼ਾ ਮਿਲਣਾ ਉਹਦੇ ਲਈ ਇੱਕ ਲੋਟਰੀ ਹੈ ਉਹਦੇ ਬਾਅਦ ਰੈੱਡ ਸੀਲ ਦਾ ਐਗਜ਼ਾਮੀਨੇਸ਼ਨ ਪਾਸ ਕਰਨਾ ਇੱਕ ਵਾਕਈ ਸੁਪਰ ਲੋਟਰੀ ਹੈ ਇਹਦੇ ਨਾਲ ਤੁਹਾਡੇ ਜਿਹੜੇ ਜੋਬ ਦੇ ਵੀ ਰਾਹ ਖੁੱਲਦੇ ਆ ਪੀ ਐਨ ਪੀ ਵੀ ਖੁੱਲਦੀ ਹੈ ਐਕਸਪ੍ਰੈਸ ਐਂਟਰੀ ਐਵਰੀਥਿੰਗ ਇਜ਼ ਓਪਨ ਵਿਦ ਯੂ ਐਂਡ ਵਿਦ ਫੈਮਿਲੀ ਸੋ ਆਈ ਕੰਗ੍ਰੈਚੁਲੇਟ ਯੂ ਵਨ ਮੋਰ ਟਾਈਮ ਤੇ ਕਮਲ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੱਸਿਆ PNP. SINP, ਇੱਕ ਚੀਜ਼ ਹੋਰ ਹੈ SINP ਜੇ ਲੱਗ ਗਈ ਤੁਸੀਂ ਹੁਣ ਟੈਸਟ ਦੇਣ ਅਗਲੇ ਮਹੀਨੇ ਤੁਸੀਂ ਟੈਸਟ ਦੇਣੇ ਜਾਣਾ ਹੈ ਰਜਾਈਨਾ ਟੈਸਟ ਦੇ ਕੇ ਤੁਸੀਂ 10 ਦਿਨਾਂ ਬਾਅਦ ਮੁੜਨਾ ਹੈ ਵਾਪਸ ਰਾਈਟ ਸੋ ਉੱਥੇ ਅਸੀਂ ਸਟੇ ਨਹੀਂ ਕਰਨਾ ਯੂ ਆਰ ਨੋਟ ਸਪੋਜ਼ ਟੂ ਓਵਰ ਸਟੇ ਅਤੇ ਟੈਸਟ ਦੇ ਕੇ ਆਓਗੇ ਟੈਸਟ ਦਾ ਰਿਜ਼ਲਟ ਆਏਗਾ ਰਿਜ਼ਲਟ ਵਿੱਚ ਤੁਸੀਂ ਇੰਡੀਆ ਆਪਣੇ ਜੋਬ ਕਰਦੇ ਕਰਦੇ ਤੁਸੀਂ SINP ਪ੍ਰੋਫਾਈਲ ਨੂੰ ਆਪਣੀ ਪੁੱਟਅਪ ਕਰਨੀ ਹੈ SINP ਜੇ ਤੁਹਾਡੇ ਪੁਆਇੰਟਸ ਬਣ ਗਏ ਸੋ ਵਿਦ ਇਨ 1 or 2 months ਉਹਨਾਂ ਨੇ ਤੁਹਾਨੂੰ ਕਹਿ ਦੇਣਾ ਕਿ ਹਾਂ ਵੀ ਅਸੀਂ ਤੁਹਾਨੂੰ PNP ਔਫਰ ਕਰਦੇ ਹਾਂ ਇੱਕ ਵਾਰ PNP ਔਫਰ ਹੋ ਗਈ ਮੈਂ ਤੁਹਾਨੂੰ ਦੱਸਣਾ ਕਿ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਕੀ ਹੈ ਇੱਕ ਵਾਰ ਅਗਰ ਤੁਹਾਨੂੰ PNP ਔਫਰ ਮਤਲਬ ਕਨਫਰਮ ਹੋ ਗਈ ਫਿਰ ਕਿਸੇ ਵੀ ਇੰਪਲੋਇਰ ਨੇ ਤੁਹਾਨੂੰ ਬਗੈਰ LMI ਦੇ ਤੁਹਾਨੂੰ ਜੋਬ ਦੇ ਸਕਦੇ ਹਾਂ ਫੋਰ ਐਗਜ਼ਾਮਪਲ ਲੈਟਸ ਸੇ ਕਿ ਰਜਾਇਨਾ ਜਾਂ ਸੈਸਕੈਚਵਨ ਵਿੱਚ ਕੁਝ ਆਟੋਮੋਟਿਵ ਕੋਈ ਕਲੀਨਿਕ ਹੈ ਯੂ ਨੋ ਆਈ ਮੀਨ ਸੇਇੰਗ ਆਟੋਮੋਟਿਵ ਡੀਲਰ ਹੈ ਸੋਰੀ ਨਾਟ ਸੇ ਕਲੀਨਿਕ ਆਟੋਮੋਟਿਵ ਕੋਈ ਡੀਲਰ ਹੈ ਜੇਕਰ ਤੁਹਾਨੂੰ ਅਗਰ ਕੋਈ ਜੋਬ ਦੇਣਾ ਚਾਹੇ ਤੇ ਅਗਰ ਤੁਹਾਡੇ ਕੋਲ PNP ਸਰਟੀਫਿਕੇਟ ਹੈ ਤੇ ਯੂ ਕੈਨ ਫਾਈਲ ਫੋਰ ਅ ਵਰਕ ਪਰਮਿਟ ਫਰੋਮ ਨਿਊ ਦਿੱਲੀ ਅਗੇਨ ਜਿਸ ਤਰ੍ਹਾਂ ਆਪਾਂ ਫਾਈਲ ਕੀਤਾ ਹੁਣ ਫੋਰ ਅ ਓਪਨ ਵਰਕ ਪਰਮਿਟ ਸਪੈਸੀਫਿਕ ਟੂ ਦ ਇੰਪਲੋਇਰ ਸੋ ਦੈਟ ਇਜ਼ ਦ ਸਟ੍ਰੈਟਜੀ ਆਪਾਂ ਪਹਿਲਾਂ ਐਗਜ਼ਾਮੀਨੇਸ਼ਨ ਪਾਸ ਕਰਨਾ ਹੈ ਫਿਰ ਜੋਬ ਸਰਚ ਕਰਨੀ ਹੈ ਆਫਕੋਰਸ ਯੂ ਵਿਲ ਡੂ ਦ ਜੋਬ ਆਈ ਕੈਨੋਟ ਡੂ ਦ ਜੋਬ ਸਰਚ ਐਂਡ ਯੂ ਵਿਲ ਫਾਈਲ ਫੋਰ ਓਪਨ ਵਰਕ ਪਰਮਿਟ ਅਗੇਨ ਫਰੋਮ ਨਿਊ ਦਿੱਲੀ ਅਗੇਨ ਨੋਟ ਫਰੋਮ ਕੈਨੇਡਾ from New Delhi with family matlab tusi apne aap layi apne wife layi apne bacche layi sare layi matlab husband wife nu open work permit te bacche nu bhi study visa mil jayega and then you can take your whole family PNP de leke phir ode baad tadi application in pending in process chalegi within Canada you will convert into PR so eh proper tarika jo karan da baki agar je tonu koi job offer karda jista tusi kya ke Ontario wale ya dusre jehde offer karda hai ਉਹਦੇ ਲਈ ਫਿਰ ਸਾਨੂੰ ਵਰਕ ਪਰਮਿਟ ਪੂਰਾ ਫਾਈਲ ਕਰਨਾ ਪੈਣਾ ਫਰੋਮ ਨਿਊ ਦਿੱਲੀ ਆਈ ਆਲਵੇਜ਼ ਪ੍ਰੀਫਰ ਕਿ ਆਪਾਂ ਕੈਨੇਡਾ ਤੋਂ ਬਾਹਰ ਤੋਂ ਐਪਲੀਕੇਸ਼ਨ ਲਈ ਨਾਟ ਵਿਦਿਨ ਕੈਨੇਡਾ ਕਿਉਂਕਿ ਅਦਰਵਾਈਜ਼ ਸਾਡਾ ਜਿਹੜਾ ਪ੍ਰੋਮਿਸ ਖਰਾਬ ਹੋ ਜਾਏਗਾ ਅਸੀਂ ਪ੍ਰੋਮਿਸ ਕੀਤਾ ਹੋਇਆ ਵੀਜ਼ਾ ਆਫੀਸਰ ਨੂੰ ਕਿ ਇਹ ਸਾਡਾ ਭਰੋਸਾ ਹੈ ਕਿ ਅਸੀਂ ਜਾ ਰਹੇ ਹਾਂ ਕੈਨੇਡਾ ਫੋਰ ਐਗਜ਼ਾਮੀਨੇਸ਼ਨ ਐਂਡ ਵੀ ਵਿਲ ਕਮ ਬੈਕ ਜੇ ਅਗਰ ਕਿਸੇ ਲਾਲਚ ਕਰਕੇ ਅਗਰ ਆਪਾਂ ਓਵਰਸਟੇ ਕਰ ਗਏ ਜਾਂ ਕੁਛ ਹੋਰ ਕੋਈ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਦੈਟ ਵਿਲ ਡਿਸਟਰੋਏ ਦ ਕ੍ਰੈਡੀਬਿਲਿਟੀ and that is not good for future applicants so assi chahunde ki bhi hor bhi jehde punjab de vich jinne kinne sare automotive mechanic kinne jyada mechanical great trades people crane operator wala kinne baithe hain unhanu bhi is cheez da pata lage te oh bhi mehnat karke is tarah apne red seal le sakde hain te unna da bhi PNP is tarah lag sakdi unna layi tade kol kuch hai koi do shabd tusi dassoge unna layi kuch main ehi message dena chahunga ki jadon bhi tusi trade certification li application lagaoge
ਐਗਜ਼ਾਮ ਦੇ ਲਈ ਤੇਰੇ ਵਿੱਚ ਜਿਹੜੇ ਫਾਰਮ ਆਉਂਦੇ ਨੇ ਫਾਰਮ 6A ਫਾਰਮ 6B 6 ਉਹਦੇ ਵਿੱਚ ਨਾ ਕਲੈਰਿਟੀ ਜਿਹੜੀ ਡਿਊਟੀਜ਼ ਨੇ ਨਾ ਬੜੀਆਂ ਤੁਹਾਨੂੰ ਰਿਫਾਈਨ ਕਰਕੇ ਲਿਖਣੀਆਂ ਪੈਣੀਆਂ ਨੇ ਇਹ ਨਹੀਂ ਕਿ ਤੁਸੀਂ ਗੂਗਲ ਤੋਂ ਸਰਚ ਕਰ ਲਿਆ ਤੇ ਕਾਪੀ ਕਰਕੇ ਪੇਸਟ ਕਰ ਦਈਏ ਉਹ ਜੈਨੂਇਨ ਬੰਦਾ ਹੀ ਲਿਖ ਸਕਦਾ ਉਹ ਕਿਉਂਕਿ ਜਦੋਂ ਉੱਥੇ ਗੱਲ ਜਿਹੜਾ ਜੌਬ ਕਰ ਰਿਹਾ ਉਹੀ ਲਿਖ ਸਕਦਾ ਕਿ ਬਾਕੀ ਕੀ ਕਰ ਕੇ ਰਹੇ ਹਾਂਜੀ ਹਾਂਜੀ ਬਾਕੀ ਤਾਂ ਜਿਵੇਂ ਤੁਸੀਂ ਵੀ ਲਿਖ ਸਕਦੇ ਹੋ ਮੈਂ ਕਿਸੇ ਹੋਰ ਨੂੰ ਕਹਿ ਦੂੰਗਾ ਉਹ ਵੀ ਗੂਗਲ ਤੋਂ ਸਰਚ ਕਰਕੇ ਲਿਖ ਦੇਗਾ ਬਟ ਨਿਊ ਟੈਕਨੋਲੋਜੀ ਚ ਕੀ ਹੈ ਐਕਚੁਅਲ ਚ ਰਿਕੁਆਇਰਮੈਂਟ ਕੀ ਹੈ ਉਹਨਾਂ ਦੀ ਉਹ ਆਪਾਂ ਐਕਸਪੀਰੀਅੰਸ ਬੰਦਾ ਹੀ ਲਿਖ ਸਕਦਾ ਉਹ ਮੈਨੂੰ ਇਹਦੇ ਲਈ 5 ਦਿਨ ਮੈਨੂੰ ਸੋਚਣਾ ਪਿਆ ਸੀਗਾ ਆਪਣੇ ਡੀਪਲੀ ਐਕਸਪੀਰੀਅੰਸ ਦੇ ਵਿੱਚ ਗਿਆ ਖੁਦ ਜਾ ਕੇ ਮੈਂ ਉਹ ਫਾਈਲ ਕੀਤੀਆਂ ਸੀਗੀਆਂ ਠੀਕ ਹੈ ਠੀਕ ਹੈ ਠੀਕ ਹੈ ਕਮਲ ਇੱਕ ਆਖਰੀ ਸਵਾਲ ਹੈ ਅਗਰ ਜੇ ਕਿਸੇ ਨੇ ਕੰਟੈਕਟ ਕਰਨਾ ਹੈ ਤੁਹਾਨੂੰ ਆਈ ਐਮ ਸ਼ੋਰ ਕਿ ਲੋਕਾਂ ਨੇ ਮੈਨੂੰ ਪੁੱਛਣਾ ਕਿ ਕਮਲ ਦਾ ਮੈਨੂੰ ਨੰਬਰ ਦੇ ਦਿਓ ਮੈਂ ਕਮਲ ਨੂੰ ਕੰਟੈਕਟ ਕਰਨਾ ਹੈ ਤੁਸੀਂ ਤੁਸੀਂ ਓਪਨ ਹੋ ਤੁਹਾਨੂੰ ਲੋਕ ਕੰਟੈਕਟ ਕਰ ਸਕਦੇ ਤੁਹਾਨੂੰ ਲੋਕ ਕੰਟੈਕਟ ਕਰ ਸਕਦੇ ਹਾਂਜੀ ਹਾਂਜੀ ਕਰ ਸਕਦਾ ਸਰ ਕੋਈ ਪ੍ਰੋਬਲਮ ਨਹੀਂ ਹੈ ਜੀ ਜਿੰਨੀ ਹੈਲਪ ਹੋ ਸਕਦੀ ਹੈ ਮੈਂ ਜ਼ਰੂਰ ਕਰੂੰਗਾ ਜੀ ਸੋ ਇਸ ਤਰ੍ਹਾਂ ਆਪਾਂ ਕਰਾਂਗੇ ਕਿ ਜਾਂ ਤਾਂ ਤੁਸੀਂ ਅਗਰ ਆਈ ਹੈਵ ਨੋ ਪ੍ਰੋਬਲਮ ਜੇ ਤੁਸੀਂ ਅਗਰ ਆਪਣਾ ਫੋਨ ਨੰਬਰ ਅਗਰ ਅਨਾਊਂਸ ਕਰਨਾ ਹੈ ਤਾਂ ਕਰ ਸਕਦੇ ਹੋ ਬਾਕੀ ਤੁਹਾਡੀ ਈਮੇਲ ਐਡਰੈਸ ਜਿਹੜਾ ਈਮੇਲ ਐਡਰੈਸ ਨਾ ਮੈਂ ਤੁਹਾਡੇ ਜਿਹੜੇ ਯੂਟਿਊਬ ਦੇ ਥੱਲੇ ਲਿਖ ਦਿਆਂਗਾ ਵਿਚ ਐਵਰ ਯੂ ਲਾਈਕ ਠੀਕ ਹੈ ਜੀ ਤੁਸੀਂ ਅਗਰ ਜੇ ਫੋਨ ਨੰਬਰ ਅਨਾਊਂਸ ਕਰਨਾ ਹੈ ਤਾਂ ਹੁਣ ਕਰ ਸਕਦੇ ਹੋ ਨਹੀਂ ਕਰਨਾ ਤਾਂ ਦੱਸ ਫਾਈਨ ਤੁਹਾਡਾ ਈਮੇਲ ਐਡਰੈਸ ਫੋਨ ਨੰਬਰ ਕੋਈ ਪ੍ਰੋਬਲਮ ਨਹੀਂ ਹੈ ਜੀ 87559 ਓਕੇ 06195 ਇੱਕ ਵਾਰ ਦੁਬਾਰਾ ਰਿਪੀਟ ਕਰ ਦਿਓ ਹੌਲੀ ਹੌਲੀ ਜਰਾ 87559 06195 ਠੀਕ ਹੈ ਤੇ ਤੁਸੀਂ ਹੁਣ ਹੋ ਲੁਧਿਆਣੇ ਤੁਸੀਂ ਕੰਮ ਕਰਦੇ ਹੋ ਇਸ ਵਕਤ ਕਿਸੇ ਨੇ ਅਗਰ ਤੁਹਾਨੂੰ ਫੋਨ ਕਰਨਾ ਹੈ ਮਿਲਣਾ ਹੈ ਤੇ ਲੁਧਿਆਣੇ ਤੁਹਾਨੂੰ ਕਰ ਸਕਦੇ ਫੋਨ ਹਾਂਜੀ ਹਾਂਜੀ ਠੀਕ ਹੈ ਚਲੋ ਥੈਂਕ ਯੂ ਵੈਰੀ ਮੱਚ ਥੈਂਕ ਯੂ ਮੈਨ ਵਿਚ ਕਮਲ ਫਾਰ ਯੋਰ ਟਾਈਮ ਐਂਡ ਆਈ ਵਿਸ਼ ਯੂ ਬੈਸਟ ਆਫ ਲੱਕ ਐਂਡ ਫਾਰ ਫਿਊਚਰ ਐਂਡ ਯੂ ਨੋ ਆਈ ਹੋਪ ਇਟ ਵਿਲ ਗੈਟ ਆਈ ਹੈਵ ਨੋ ਪ੍ਰੋਬਲਮ ਆਈ ਨੋ ਯੂ ਆਰ ਵੈਰੀ ਕੁਆਲੀਫਾਈਡ ਟੈਕਨੀਸ਼ੀਅਨ ਤੁਸੀਂ ਸਿਰਫ ਮਿਹਨਤ ਕਰਨੀ ਹੈ ਇੱਕ ਮਹੀਨਾ ਤੁਹਾਡੇ ਕੋਲ ਹੈ ਮਿਹਨਤ ਕਰਕੇ ਆਓ ਤੇ ਮੈਨੂੰ ਫੋਨ ਕਰੋ ਮੈਨੂੰ ਅੱਜ ਆਫਕੋਰਸ ਯੂ ਨਿਊ ਕਮ ਯੂ ਗਿਵ ਮੀ ਅ ਕਾਲ ਤੇ ਮੈਨੂੰ ਗੁੱਡ ਨਿਊਜ਼ ਦਿਓ ਕਿ ਬਈ ਯੂ ਗਾਟ ਆਈ ਥਿੰਕ ਉਹਦੀ ਇੱਕ ਰਿਕੁਆਇਰਮੈਂਟ ਹੈ ਯੂ ਨੀਡ ਟੂ ਹੈਵ ਹੈਡ ਅਬਾਊਟ 70% 75% ਪਾਸਿੰਗ ਮਾਰਕਸ ਹੈ ਉਹਦਾ ਸ਼ਾਇਦ ਚੈੱਕ ਕਰ ਵਿੱਚ ਚਾਰ ਹਾਂਜੀ ਤੁਹਾਨੂੰ 4 ਆਵਰ ਮਿਲ ਜਾਣਗੇ 4 ਘੰਟੇ ਮਿਲਣਗੇ 125 ਕੁਐਸਚਨ ਆਣਗੇ ਉਹਦੇ ਵਿੱਚੋਂ 70 ਕੁਐਸਚਨ ਤੁਸੀਂ ਕਲੀਅਰ ਕਰਨੇ ਮਤਲਬ 70% ਸੌਰੀ 70% ਯਾ 70% ਹਾਂ ਦੈਟ ਮੀਨਸ ਕਿ ਕਰੀ 100 ਕੁਐਸਚਨ ਤੁ ਕਰਨੇ ਹੀ ਰਾਈਟ ਹੈ ਕਰਨੇ 100 ਕੁਐਸਚਨ ਕਰਨੇ ਹੀ ਰਾਈਟ ਸੋ ਜ਼ਿੰਦਗੀ ਦਾ ਕਮਲ ਇੱਕ ਜ਼ਿੰਦਗੀ ਦਾ ਇੱਕੋ ਹੀ ਚਾਂਸ ਹੈ ਬਸ ਇਹ ਤੁਸੀਂ ਚਾਂਸ ਗਵਾਣਾ ਨਾ ਬਸ ਠੀਕ ਹੈ ਸਰ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ